ਜੋ ਗਾਈ ਜਾਂਦੇ ਨੇ ਜੀ ਉਹੋ ਜਿਹਾ ਕੁਸ਼ੀ ਕਰੀ ਜਾਂਦੇ ਨੇ ਐਣਗਾ ਲਾ ਕੇ ਐੜਗਾਣੀ ਜੀ ਉਤਾਰਦੇ ਸਟੇਜ ਤੋਂ ਕਾਲੀ ਐਣਗਾ ਜੀ ਹਥਿਆਰਾ ਤੇ ਗੀਤ ਗਾਉਂਦੇ ਨੇ ਜੀ ਨਸ਼ਿਆ ਤੇ ਗੀਤ ਗਾਉਂਦੇ ਨੇ ਜੀ ਸਹੀ ਗੱਲ ਅਸੀਂ ਲੋਕਾਂ ਨੂੰ ਕੀ ਸਿਖਾਉਣਾ ਵੀ ਤੁਸੀਂ ਨਸ਼ੇ ਕਰੋ ਜੀ ਲੋਕਾਂ ਨੂੰ ਨਾ ਹੀ ਰੱਖਦਾ ਮੇਰਾ ਨਾਮ ਵੀ ਭਵਿੰਦਰ ਗੌਰ ਜੁਗਣੀ ਵਾਲੀ ਜੱਟ ਚੜਦੇ ਮਿਰਜੇ ਖਾਨ ਨੂੰ ਵੱਡੀ ਭਾਬੀ ਲੈਂਦੀ தம் ਦੇਸ਼ ਦੇਸ਼ ਵਿੱਚ ਚੈਨਲ ਸ਼ਾਨ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਬਲਜੀਤ ਫੱਡਿਆਂ ਵਾਲਾਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਦੋਸਤੋ ਆਪਣੇ ਵਾਅਦੇ ਦੇ ਮੁਤਾਬਕ ਮੈਂ ਪ੍ਰੋਗਰਾਮ ਰੂਹ ਦੀਆਂ ਗੱਲਾਂ ਵਿੱਚ ਅੱਜ ਲੈ ਕੇ ਆ ਰਿਹਾ ਇੱਕ ਐਸੀ ਮਾਨਮਤੀ ਸ਼ਖਸੀਅਤ ਨੂੰ ਜਿਨ੍ਹਾਂ ਨੇ ਆਪਣੀ ਹਿੱਕ ਦੇ ਜੋਰ ਨਾਲ ਪੰਜਾਬੀ ਗਾਇਕੀ ਵਿੱਚ ਆਪਣੇ ਜੋਰ ਦਿਖਾਏ ਬੜੀਆਂ ਕਾਇਸਤਾਂ ਦਿੱਤੀਆਂ ਆਪਣੇ ਪੰਜਾਬੀ ਸਮਾਜ ਨੂੰ ਬੜੀ ਸੇਧ ਦਿੱਤੀ ਹੈ ਵਿਰਾਸਤੀ ਤੇ ਸੱਭਿਆਚਾਰ ਗਾਇਕੀ ਦੀ ਸੋ ਮੇਰੀ ਮਰਜ਼ਾ ਹੈ ਭਪਿੰਦਰ ਕੌਰ ਮੁਹਾਲੀ ਜੀ ਵੱਲੋਂ ਅੱਜ ਸਾਡੇ ਸਟੂਡੀਓ 'ਚ ਭਪਿੰਦਰ ਕੌਰ ਮੋਹਾਰੀ ਜੀ ਮੌਜੂਦ ਨੇ ਸੋ ਮੈਡਮ ਤੁਹਾਡਾ ਸਾਡੇ ਸਟੂਡੀਓ 'ਚ ਸਵਾਗਤ ਹੈ। ਸ਼ਾਨ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਭਪਿੰਦਰ ਕੌਰ ਮਹਾਲੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਭਪਿੰਦਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਾਂਗਾ ਕਿ ਆਪਣਾ ਜਨਮ ਕਿਹੜੇ ਏਰੀਆ 'ਚੋਂ ਹੈ ਕਿਹੜੇ ਪਿੰਡ 'ਚੋਂ ਹੈ? ਮੈਂ ਜੀ ਮਾਲਵੇ ਨੂੰ ਬਲੋਂਗ ਕਰਦੀ ਆਂ ਜੀ। ਵੈਰੀ ਗੁੱਡ। ਬੁੜਲਾਡਾ ਮੇਰਾ ਬਰਥ ਪਲੇਸ ਹੈ ਜੀ। ਠੀਕ ਹੈ। ਡਿਸਟ੍ਰਿਕਟ ਮਾਨਸਾ ਪਹਿਲਾਂ ਬਠਿੰਡੇ 'ਚ ਸੀਗਾ ਜੀ। ਓਕੇ। ਹੁਣ ਮਾਨਸਾ 'ਚ ਹੈ ਬੁੜਲਾਡਾ। ਠੀਕ ਹੈ। ਤੇ ਫਿਰ ਬੁੱਢਲਾਡੇ ਤੋਂ ਮੁਹਾਲੀ ਵਾਲੀ ਬੱਸ ਕਿਵੇਂ ਫੜੀ ਬਹਾਲੀ ਵਾਲੀ ਬੱਸ ਫੜੀ ਜੀ ਮੈਂ 85 ਦੇ ਵਿੱਚ ਐਜੂਕੇਸ਼ਨ ਬੋਰਡ ਦੇ ਵਿੱਚ ਨਾ ਜੌਬ ਲੱਗੀ ਸੀ ਮੇਰੀ ਓਕੇ ਫਿਰ ਮੁਹਾਲੀ ਆ ਗਈ ਅੱਛਾ ਮਾ ਫਿਰ ਮੁਹਾਲੀ ਆਇਆ ਤਾਂ ਮੁਹਾਲੀ ਜੋਗ ਹੀ ਰਹਿ ਗਏ ਵੈਰੀ ਗੁੱਡ ਹਾਂਜੀ ਤੇ ਫਿਰ ਜਦੋਂ ਭពਿੰਦਰ ਕੌਰ ਬੁੱਢਲਾਡੇ ਤੋਂ ਚੱਲ ਕੇ ਮੁਹਾਲੀ ਆ ਗਈ ਤੇ ਫਿਰ ਨਾਂ ਦੇ ਨਾਲ ਜਿਹੜਾ ਮੁਹਾਲੀ ਜੁੜਿਆ ਉਹ ਕਿਵੇਂ ਮਤਲਬ ਭពਿੰਦਰ ਕੌਰ ਤੋਂ ਭពਿੰਦਰ ਕੌਰ ਮੁਹਾਲੀ ਕਿਵੇਂ ਬਣੀ ਮੈਂ ਜੀ 85 ਚ ਆਈ ਸੀ 90 ਚ ਮੇਰਾ ਵਿਆਹ ਹੋਇਆ ਜੀ ਜੀ ਸੋਲ ਸਾਹ ਬਰਾ ਤੇ ਉਸ ਤੋਂ ਬਾਅਦ 93 ਦੇ ਵਿੱਚ ਮੈਂ ਗਾਇਕੀ ਵਾਲੇ ਪਾਸੇ ਨੂੰ ਉਹ ਇੱਕ ਮੇਲਾ ਕਰਾਉਂਦੇ ਹੁੰਦੇ ਸੀ ਸੱਭਿਆਚਾਰਕ ਮੇਲਾ ਬੀਟਗੋ ਥੀਏਟਰ ਦੇ ਵਿੱਚ ਅੱਛਾ ਜੀ ਉੱਥੇ ਜਿਵੇਂ ਨਰਿੰਦਰ ਨੀਨਾ ਕਰਮਜੀਤ ਬੱਗਾ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਪ੍ਰੋਗਰਾਮ ਕਰਾਉਂਦੇ ਹੁੰਦੇ ਸੀ ਹੂੰ ਤੇ ਉੱਥੇ ਜਿਹੜੀਆਂ ਕੁੜੀਆਂ ਦੀ ਗਿੱਧੇ ਦੀ ਰੈਸਲ ਕਰਾਉਣੀ ਜਾਂ ਕੁਛ ਕਰਾਉਣਾ ਕਿਉਂਕਿ ਮੈਂ ਆਪਣੇ ਕਾਲਜ ਟਾਈਮ ਚ ਵੀ ਗਾਇਆ ਠੀਕ ਹੈ ਜੀ ਮੈਂ গোলਡਮੈਨ ਲਿਸਟ ਆ ਓਕੇ ਪੰਜਾਬੀ ਯੂਨੀਵਰਸਿਟੀ ਦੇ ਠੀਕ ਹੈ ਉਸ ਤੋਂ ਬਾਅਦ ਫਿਰ ਮੈਂ ਉਹਨਾਂ ਨੂੰ ਰੈਸਲ ਕਰਾਉਂਦੀ ਕਰਾਉਂਦੀ ਤਾਂ ਮੈਂ ਬੱਗੇ ਜੀ ਨੂੰ ਗਿਆ ਮੈਂ ਕਿਹਾ ਤੁਸੀਂ ਇਹ ਲਗੋਜੇ ਵਜਾਓ ਮੈਂ ਮੈਂ ਤੁਹਾਨੂੰ ਗਾ ਕੇ ਦਿਖਾਵਾਂ ਓਕੇ ਉਹ ਕਹਿੰਦੇ ਜੀ ਤੁਸੀਂ ਗਾਓਗੇ ਮੈਂ ਕਿਹਾ ਮੈਂ ਗਰਮੀਰ ਬਾਬਾ ਵਾਂਗੂੰ ਗਾਉ ਠੀਕ ਹੈ ਉਹਨਾਂ ਨੇ ਲਗੋਜੇ ਵਜਾਈ ਜੀ ਤੇ ਮੈਂ ਉੱਥੇ ਗੀਤ ਜੁਗੜੀ ਗਾਤੀ ਬਾਬਾ ਜੀ ਵਾਲੇ ਅੱਛਾ ਜੀ ਉਹ ਸੋਲ ਸਾਹਿਬ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਕੌਣ ਆ अच्छा ओ एक एक गीत ਅਸੀਂ ਗਾਜੀ ਉਹ ਕਹਿੰਦੇ ਸੀ ਭਾਬੀ ਜਿੰਨੇ ਗਾਉਣਾ ਕਰ ਬੱਗੇ ਹੋਣੇ ਸਾਰੇ ਭਾਬੀ ਜੀ ਕਹਿੰਦੇ ਸੀ ਮੈਨੂੰ ਜਦੋਂ ਅਸੀਂ ਉਹ ਮੈਂ ਗਾਈ ਜੁਗਣੀ ਗਾਈ ਤਾਂ ਲੋਕਾਂ ਨੇ ਤਾਂ ਜੋ ਪ੍ਰੈਸ ਸਾਡੀ ਮੇਰੇ ਆਸ-ਪਾਸ ਇਕੱਠੇ ਹੋ ਗਏ ਅੱਛਾ ਜੀ ਤੇ ਉਹ ਕਹਿੰਦੇ ਜੋ ਲੋਕਾਂ ਨੇ ਨਾਂ ਹੀ ਰੱਖਦਾ ਮੇਰਾ ਨਾਂ ਵੀ ਭਵਿੰਦਰ ਕੌਰ ਜੁਗਣੀ ਵਾਲੀ ਹੂੰ ਉਹ ਅਸੀਂ ਫਿਰ ਜਿੱਥੇ ਵੀ ਉੱਤੇ ਮੇਲਾ ਹੋਣਾ ਉਹਨਾਂ ਨੇ ਕਿਹਾ ਜੁਗਣੀ ਵਾਲੀ ਨੂੰ ਬੁਲਾ ਲਓ ਮੈਨੂੰ ਇੱਕੋ ਹੀ ਗੀਤ ਆਉਂਦਾ ਸੀਗਾ ਜੀ ਉਹ ਜੁਗਣੀ ਵਾਲੀ ਜੁਗਣੀ ਗਾਉਣਾ ਹੂੰ ਤੇ ਉਹ ਜੁਗਣੀ ਗਾਈ ਤਾਂ ਫਿਰ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਜੀ ਏ ਮੇਰੇ ਨਾਲ ਐਦਾਂ ਦਾ ਇਨਸੀਡੈਂਟ ਹੋਇਆ ਜਿਹੜਾ ਆਪਣੇ ਜਗਦੇਸ਼ ਸਿੰਘ ਦਸਵਾਲ ਜੀ ਸੀ ਮੇਲਾ ਕਰਾਉਂਦੇ ਹੁੰਦੇ ਆ ਪ੍ਰੋਫੈਸਰ ਮੋਹਨ ਸਿੰਘ ਮੇਲਾ ਗਰੇਵਾਲ ਸਾਹਿਬ 10 ਵੇਸ ਚ ਮੇਲਾ ਹੋ ਰਿਆ ਸੀਗਾ ਜੀ ਅੱਛਾ ਜੀ ਤੇ ਉੱਥੇ ਮੈਨੂੰ ਉਹਨਾਂ ਨੇ ਬੁਲਾ ਲਿਆ ਜੀ ਉਹ ਗਰਮੀਤ ਸਿੰਘ ਜਿਹੜੇ ਨੇ ਮੇਲਾ ਕਰਾਉਂਦੇ ਸੀ ਦਸਵੇਸ ਚ ਉੱਥੇ ਲਾਈਟ ਚਲੀ ਗਈ ਜੀ ਹੂੰ ਲਾਈਟ ਚਲੀ ਗਈ ਤਾਂ ਉਹ ਲੋਕੀ ਕਹਿੰਦੇ ਸਾਨੂੰ ਸੁਣਦਾ ਲੋਕਾਂ ਦੇ ਪਿੱਛੋਂ ਐ ਹੱਥ ਛੁਰ ਕਰ ਵੀ ਤੁਸੀਂ ਹਟੇ ਹੋ ਨਾ ਗਾਉਣਾ ਕਹਿੰਦੇ ਜੀ ਸਾਨੂੰ ਤੁਹਾਡੀ ਆਵਾਜ਼ ਸੁਣ ਰਹੀ ਹੈ ਹੂੰ ਉਹ ਸੁਣਦੇ ਸੁਣਦੇ ਜੀ ਉਹ ਫਿਰ ਜਦੋਂ ਮੇਲਾ ਖਤਮ ਹੋ ਗਿਆ ਉਹ ਜਗਦੇਵ ਸਿੰਘ ਦਸੋਵਾਲ ਜੀ ਤੇ ਗਰੇਵਾਲ ਸਾਹਿਬ ਘਰੇ ਆ ਗਏ ਅੱਛਾ ਜੀ ਉਹ ਕਹਿੰਦੇ ਵੀ ਕੁੜੀਏ ਤੂੰ ਇੰਨਾ ਵਧੀਆ ਗਾਉਣੀ ਐ ਤੂੰ ਮੇਲਿਆਂ ਦੇ ਡੇਟਾ ਲਿਖ ਉੱਥੇ ਮੇਲੇ ਤੇ ਆਉਣਾ ਉੱਥੇ ਮੇਲੇ ਤੇ ਆਉਣਾ ਉੱਥੇ ਮੇਲੇ ਤੇ ਆਉਣਾ ਹੂੰ ਉਸੇ ਨਾਲ ਉਹਨਾਂ ਨੇ ਮੈਨੂੰ ਪੈਸੇ ਦਿੱਤੇ ਪਹਿਲਾਂ ਅਡਵਾਂਸ ਦੇ ਵਿੱਚ ਪੈਸੇ ਦਿੱਤੇ ਵਿੱਚ ਫਿਰੋਜ਼ਪੁਰ ਮੇਲਾ ਦਦਾਰ ਸੰਧੂ ਜੀ ਦਾ ਉਹਨਾਂ ਦੇ ਪਿੰਡ ਮੇਲਾ ਆ ਇੱਕ ਤਿੰਨ ਚਾਰ ਮਾਰਕ ਉਹਨਾਂ ਦੇ ਡੇਟਾ ਮਿਲ ਖਾਣਿਆ ਠੀਕ ਹੈ ਜੀ ਤੇ ਉੱਥੇ ਉੱਥੇ ਜਦੋਂ ਮੈਂ ਜਾਣ ਲੱਗੀ ਉਹਨਾਂ ਨਾਲ ਸੰਪਰਕ ਹੋ ਗਿਆ ਤਾਂ ਉੱਥੇ ਮੈਨੂੰ ਕਹਿ ਲੱਗੇ ਭਵਿੰਦਰਕੌਰ ਜੀ ਮਹਾਲੀ ਤੋਂ ਆਏ ਨੇ ਪਹਿਲਾਂ ਉਹ ਐਦਾਂ ਬੋਲਦੇ ਸੀ ਸਾਰੇ ਜਣੇ ਇੱਕ ਪ੍ਰੋਫੈਸਰ ਭਿੰਦਰ ਸਿੰਘ ਜੀ ਹੁੰਦੇ ਸੀ ਬਹੁਤ ਵਧੀਆ ਸਿਹਤਕਾਰ ਸੀਗੇ ਉਹਨਾਂ ਦੀ ਡੈਥ ਹੋ ਗਈ ਮੈਂ ਕਈ ਵਾਰ ਕਹਿੰਦੇ ਮੈਨੂੰ ਮਹਾਲੀ ਉਹਨਾਂ ਨੇ ਬਣਾਇਆ ਸੀਗਾ ਅੱਛਾ ਉਹ ਕਹ ਪਹਿਲਾਂ ਕਹਿੰਦੇ ਜੇ ਕਹਿੰਦੇ ਭਵਿੰਦਰਕੌਰ ਮਹਾਲੀ ਤੋਂ ਆਏ ਨੇ ਫਿਰ ਬਾਅਦ ਚ ਕਹਿਣ ਲੱਗ ਪਏ ਜੀ ਭਵਿੰਦਰਕੌਰ ਮਹਾਲੀ ਆਏ ਨੇ ਹੂੰ ਉਹ ਬਾਅਦ ਚ ਕਲਮ ਭਵਿੰਦਰਕੌਰ ਨੂੰ ਛੱਡ ਕੇ ਲੋਕੀ ਕਹਿ ਲੱਗੇ ਜੀ ਮਹਾਲੀ ਸਾਹਿਬ ਆਏ ਨੇ ਮਹਾਲੀ ਸਾਹਿਬ ਮਤਲਬ ਕਿ ਉਹਨਾਂ ਲੋਕਾਂ ਨੇ ਮੇਰੇ ਨਾਲ ਮੈਂ ਆਪਣੇ ਨਾਂ ਨਾਲ ਆਪ ਕੁਝ ਨਹੀਂ ਲਾਇਆ ਜਾ ਭਪਿੰਦਰ گور ਕੀ ਕਹਾ ਉਹ ਲੋਕਾਂ ਨੇ ਮੈਨੂੰ ਤਾਂ ਭਪਿੰਦਰ گور ਮਹਾਲੀ ਬਣਾਤਾ ਮੈਂ ਆਪਣੇ ਆਪ ਦੇ ਆਪ ਨੇ ਨਾਂ ਨਾਲ ਕੁਝ ਨਹੀਂ ਲਾਇਆ ਦੇਖੋ ਦਰਸ਼ਕੋ ਜਿਵੇਂ ਤੁਹਾਨੂੰ ਹੁਣ ਮੈਡਮ ਜੀ ਨੇ ਆਪ ਹੀ ਦੱਸਿਆ ਕਿ ਕਿਵੇਂ ਭਪਿੰਦਰ ਕੌਰ ਭਪਿੰਦਰ ਕੌਰ ਤੋਂ ਭਪਿੰਦਰ ਮੋਹਾਲੀ ਬਣ ਗਏ ਫਿਰ ਕੱਲੇ ਮੋਹਾਲੀ ਵੀ ਬਣੇ ਸੋ ਸਭ ਤੋਂ ਪਹਿਲਾ ਗੀੜਾ ਗੀਤ ਗਾਇਆ ਇਹਨਾਂ ਨੇ ਉਹ ਵੀ ਬਿਲਕੁਲ ਸਿਰੇ ਦਾ ਪੰਜਾਬੀ ਲੋਕ ਗਾਤਾ ਜੁਗਨੀ ਤੇ ਮੈਡਮ ਜੀ ਜੁਗਨੀ ਦੀਆਂ ਦੋ ਲਾਈਨਾਂ ਸਾਡੇ ਦਰਸ਼ਕਾਂ ਨੂੰ ਸੁਣਾਓ ਮੈਂ ਜੁਗਣੀ ਦਾ ਪਹਿਲਾ ਵਲ ਹੋ ਜਾਂਦੇ ਹੀ ਕਉਂਦੀ ਸੀ ਜਿਵੇਂ ਚਿੰਟਾ ਤੇ ਢੋਲ ਤੇ ਬਸ ਮੈਂ ਬਾਕੀ ਨਹੀਂ ਸੀ ਕੁਝ ਵੀ ਤੇ ਉਹਦੇ ਮੈਂ ਕਹਣਾ ਉਹ ਮੇਰੀ ਜੁਗਣੀ ਦੇ ਤਾਂ ਕੇ ਬਗੇ ਜੁਗਣੀ ਉਹਦੇ ਮੂੰਹ ਉਹ ਜੁਗਣੀ ਉਹਦੇ ਮੂੰਹ ਆ ਫੱਬੇ ਜੀ ਨੂੰ satisk دی ਲੱਗੇ ਉਹ ਬਿਰ ਮੇਰੇ ਆ ਜੁਗਣੀ ਮੇਰੇ ਆ ਜੁਗਣੀ ਕਹਿੰਦੀ ਆ ਜਿਹੜੀ ਨਾਮ ਅੱਲਾ ਦਾ ਨਾਮ ਅੱਲਾ ਦਾ ਲੈਂਦੀ ਆ ਜਿਹੜੀ ਨਾਮ ਸਾਈ ਦਾ ਨਾਮ ਸਾਈ ਦਾ ਲੈਂਦੀ ਆ ਕਿਆ ਬਾਤ ਹੈ ਬਿਲਕੁਲ ਉਹੀ ਆਵਾਜ਼ ਕਿਉਂਕਿ ਮੈਂ ਸਟੇਜਾਂ ਤੇ ਵੀ ਮੈਡਮ ਜੀ ਨੂੰ ਸੁਣਿਆ ਹੋਇਆ ਹੈ ਬਿਲਕੁਲ ਉਹੀ ਆਵਾਜ਼ ਤੇ ਉਹੀ ਰੰਗ ਜੁਗਨੀ ਦਾ ਤੇ ਮੈਡਮ ਜੀ ਫਿਰ ਜਿਵੇਂ ਅੱਜਕਲ ਬੜੀ ਦੇਰ ਬਾਅਦ ਤੁਹਾਡੀ ਆਵਾਜ਼ ਸੁਣੀ ਹੈ ਅੱਜ ਸਟੂਡੀਓ 'ਚ ਆਪਾਂ ਕੀ ਕਾਰਨ ਹੈ ਭਪਿੰਦਰ ਕੌਰ ਮੁਹਾਲੀ ਦਾ ਮਤਲਬ ਗਾਇਕੀ ਵੱਗੋਂ ਬੈਕਫਰੰਟ ਤੇ ਜਾਣ ਦਾ ਵੀ ਕਿਉਂ ਨਹੀਂ ਸਾਹਮਣੇ ਆ ਰਹੇ ਲੋਕਾਂ ਦੇ ਜਦੋਂ ਕਿ ਆਵਾਜ਼ ਵਿੱਚ ਉਹੀ ਦਮ ਇਹਦਾ ਕਾਰਨ ਸੀ ਜੀ ਬਸ ਉਹ 16 ਦੇ ਵਿੱਚ ਨਾ ਸਰਦਾਰ ਜੀ ਦੀ ਡੈਥ ਹੋ ਗਈ ਉਹ ਵੈਰੀ ਸੈਡ ਉਹੀ ਮੈਨੂੰ ਉਹ ਮੈਨੂੰ ਮਤਲਬ ਜਿਵੇਂ ਕਹਿੰਦੇ ਨੇ ਪਰਛਾਵੇਂ ਵਾਂਗ ਮੇਰੇ ਨਾਲ ਦੁਰਦੇ ਸੀ ਉਹ ਤੇ ਮੈਂ ਨਾ ਹੁਣ ਬਲਕੇ ਇੱਕ ਗੀਤ ਮੈਂ ਆਪ ਲਿਖਿਆ ਮੈਂ ਥੋੜ੍ਹਾ ਥੋੜ੍ਹਾ ਦਿਨ ਬਾਅਦ ਉਹ ਰਿਕਾਰਡ ਕਰਕੇ ਮਾਰਕੀਟ ਚ ਲੈ ਕੇ ਆਉਂਗੀ ਮਤਲਬ ਪਰਛਾਵੇਂ ਦੇ ਉਹਨਾਂ ਨੂੰ ਸਾਹਮਣੇ ਰੱਖ ਹੀ ਲਿਆ ਪਹਿਲਾਂ ਮੈਂ ਲਿਖਦੀ ਨਹੀਂ ਸੀ ਹੁਣ ਮੈਂ ਆਪ ਹੀ ਲਿਖਿਆ ਆਪ ਹੀ ਕੰਪੋਜ਼ ਕੀਤਾ ਹੈ ਤੋ ਉਹ ਮੈਂ ਮੂਰੇ ਲੱਗੇ ਆਉਂਗੀ ਤੇ ਉਹ ਜਦੋਂ ਜਦੋਂ ਐਮ ਉਹ ਇਹ ਵੀ ਕਹਿੰਦੇ ਹੁੰਦੇ ਸੀ ਵੀ ਆਹ ਗੱਲ ਹੈ ਸਟੇਜ ਤੇ ਹੁਣ ਤੂੰ ਆਹ ਗੱਲ ਹੈ ਆਹ ਗੱਲ ਹੈ ਹੁਣ ਤੂੰ ਆਹ ਗੱਲ ਮਤਲਬ ਕੋਈ ਲਾਈਨ ਲਿਖਣੀ ਹੈ ਕੋਈ ਕੁਝ ਵੀ ਲਿਖਣਾ ਹੈ ਕੋਈ ਕਰੈਕਸ਼ਨ ਕਰਨੀ ਹੈ ਉਹ ਮੇਰੇ ਨਾਲ ਸੀ ਹੈ ਨਾ ਮੈਂ ਉਹਨਾਂ ਦੇ ਨਾਲ ਹੀ ਜਾਣਾ ਉਹਨਾਂ ਦੇ ਨਾਲ ਹੀ ਆਉਣਾ ਫੋਰਨ ਵੀ ਜਾਣਾ ਕਿਤੇ ਵੀ ਜਾਣਾ ਉਹ ਜਦੋਂ ਫਿਰ ਉਹ ਉਹਨਾਂ ਦੀ ਡੈਥ ਹੋ ਗਈ ਤਾਂ ਮੈਂ ਅਪਸੈਟ ਹੋ ਗਈ ਸੀ ਇਕਦਮ ਹੂੰ ਕਿਉਂਕਿ ਇਕੱਲੇ ਰਹਿ ਗਿਆ ਇੱਕ ਬੇਟਾ ਜੀ ਬੇਟਾ ਹਜੇ ਕੁਝ ਕਰਦਾ ਨਹੀਂ ਪੜਦਾ ਜੀ ਹਜੇ ਉਹ ਫਿਰ ਮੈਂ ਉਹਨਾਂ ਦੀ ਸੀਟ ਤੇ ਜੀ ਮੈਂ ਹੁਣ ਉਹਨਾਂ ਦੀ ਸੀਟ ਤੇ ਉੱਥੇ ਕੰਮ ਕਰ ਰਿਹਾ ਉਹਦੇ ਚ ਕਚੈਰੀ ਚ ਉਹ ਫਿਰ ਹੁਣ ਐ ਜੀ ਵੀ ਕੰਮ ਕਰਾਂਗੇ ਤੇ ਰੋਟੀ ਖਾਵਾਂਗੇ ਕਿੱਕੀ ਦਾ ਤਾਂ ਬੰਦਾ ਹਾਲ ਸੀਗਾ ਵਿੱਚੇ ਕੰਮ ਹੈ ਨਹੀਂ ਸੀਗਾ ਜੀ ਤੇ ਹੁਣ ਫਿਰ ਰੋਟੀ ਤਾਂ ਖਾਣੀ ਹੈ ਨਾ ਜੀ ਸਹੀ ਗੱਲ ਹੈ ਦੇਖੋ ਬਿਲਕੁਲ ਪਰਿਵਾਰ ਵਿੱਚੋਂ ਕੋਈ ਜੀ ਵਿਛੜ ਜਾਂਦਾ ਤਾਂ ਉਹਦਾ ਪਰਛਾਵਾਂ ਜ਼ਰੂਰ ਨਜ਼ਰ ਆਉਂਦਾ ਕਿਉਂਕਿ ਕੋਈ ਨਾ ਕੋਈ ਉਂਗਲੀ ਫੜ ਕੇ ਤੋੜਦਾ ਹੁੰਦਾ ਜਿਸ ਵੇਲੇ ਭਵਿੰਦਰ ਕੌਰ ਮੁਹਾਲੀ ਜੀ ਨੇ ਗਾਇਕੀ ਦੇ ਖੇਤਰ ਵਿੱਚ ਪ੍ਰਵੇਸ਼ ਕੀਤਾ ਉਸ ਵੇਲੇ ਬਾਵੇਂ ਉਨੀ ਖੁੱਲ ਨਹੀਂ ਸੀਗੀ ਪਰ ਫਿਰ ਵੀ ਇੱਕ ਮਾਰਵੇਚੋਂ ਆਈ ਲੜਕੀ ਨੇ ਉੱਠ ਕੇ ਸਟੇਜਾਂ ਤੇ ਜੁਗਣੀ ਗਾਉਣੀ ਮਿਰਜਾ ਗਾਉਣਾ ਤੇ ਮੈਨੂੰ ਯਾਦ ਹੈ ਕਿ ਇੱਕ ਵਾਰੀ 10 ਫੇਸ ਮੇਲਾ ਹੋ ਰਿਹਾ ਸੀ ਉੱਥੇ ਲੋਕੀ ਵਾਰ-ਵਾਰ ਫਰਮਾਇਸ਼ ਕਰ ਰਹੇ ਸੀ ਕਿ ਮਿਰਜਾ ਗਾਓ ਮਿਰਜਾ ਗਾਓ ਮਿਰਜਾ ਸੁਣਾਇਆ ਮਿਰਜਾ ਐਸਾ ਸੁਣਾਇਆ ਕਿ ਚੰਗੇ-ਚੰਗੇ ਕਲਾਕਾਰ ਸੋਚਣ ਲੱਗ ਗਏ ਸੀਗੇ ਕਿ ਯਾਰ ਇਹ ਲੜਕੀ ਕਿਵੇਂ गा ਰਹੀ ਹੈ ਸੋ ਮੈਡਮ ਅੱਜ ਸਾਡੇ ਦਰਸ਼ਕਾਂ ਨੂੰ ਵੀ ਮਿਰਜੀ ਦੀਆਂ ਦੋ ਚਾਰ ਲਾਈਨਾਂ ਮਿਰਜ਼ਾ ਆਪਾਂ ਬਾਅਦ ਚ ਗਾ ਲਾਂਗੇ ਜੇ ਆਪਾਂ ਉਹਨਾਂ ਤੋਂ ਪਹਿਲਾਂ ਕੋਈ ਹੋਰ ਗੀਤ ਗਾ ਲੈਂਦੇ ਜੀ ਮਿਰਜ਼ਾ ਆਪਾਂ ਜਦੋਂ ਜਿਹੜਾ ਤੁਹਾਡੀ ਪ੍ਰੋਗਰਾਮ ਆਪਾਂ ਖਤਮ ਕਰਾਂਗੇ ਨਾ ਉਦੋਂ ਆਪਾਂ ਮਿਰਜ਼ਾ ਗਾ ਕੇ ਹੀ ਖਤਮ ਕਰਾਂਗੇ ਠੀਕ ਹੈ ਜੀ ਚਲੋ ਜਿਹੜਾ ਤੁਹਾਡੀ ਰੂਹ ਦੇ ਨੇੜੇ ਆ ਉਹ ਸਭ ਤੋਂ ਪਹਿਲਾਂ ਜਿਹੜਾ ਮੇਰਾ ਪ੍ਰੋਗਰਾਮ ਹੀ ਸਾਡਾ ਰੂਹ ਦੀਆਂ ਗੱਲਾਂ ਆ ਹਾਂ ਰੂਹ ਦੀਆਂ ਹਾਂ ਉਸ ਤੋਂ ਬਾਅਦ ਜੀ ਮੇਰੀ ਕੈਸਟ ਆਈ ਮਾਰਕਟ ਦੇ ਵਿੱਚ ਉਹਨਾਂ ਨੇ ਜਗਦੇਸ਼ ਸਿੰਘ ਜਸੋ ਜਵਾਲ ਹੋਰਾਂ ਨੇ ਕਰਵਾਏ ਚੁਆਇਸ ਕੰਪਨੀ ਸੀ ਜੀ ਠੀਕ ਹੈ ਜੀ ਪਾਟਿਆ ਸਾਹਿਬ ਉਹਨਾਂ ਦਾ ਮੈਨੂੰ ਕੱਲ ਪਰਸੋਂ ਹੀ ਹਜੇ ਫੋਨ ਆਇਆ ਸੀਗਾ ਪਰ ਉਹ ਆਪਣਾ ਇੱਕ ਲੱਪ ਸੁਨਮੇ ਦੀ ਪਹਿਲਾ ਪ੍ਰੋਗਰਾਮ ਦਾ ਨਾਮ ਸਵੇਰ ਲਸ਼ਕਾਰਾ ਹੋ ਗਿਆ ਉਸੇ ਪ੍ਰੋਗਰਾਮ ਦਾ ਨਾਮ ਉਹਦੇ ਵਿੱਚ ਸੀਗਾ ਜੀ ਮੇਰਾ ਗੀਤ ਤਿੰਜਿਨਾ ਚਕਾਤੇ ਦੀ ਦੇ ਮਾਰੀ ਵੇ ਖਿੱਲਾਂ ਦੀ ਮੁੱਠ ਤਿੰਜਿਨਾ ਚਕਾਤੇ ਦੀ ਦੇ ਮਾਰੀ ਵੇ ਖਿੱਲਾਂ ਦੀ ਮੁੱਠ ਲੰਗ ਦੀ ਦੇ ਮਾਰਿਆ ਪਤਾ ਸਾਵੇ ਲੈ ਗਿਆ ਮੇਰੀ ਜਿੰਦ ਕੱਢ ਕੇ ਤੇਰੇ ਚਿੱਟਿਆਂ ਦਾ ਦਾਦਾ ਹਸਾਵੇ ਲੈ ਗਿਆ ਮੇਰੀ ਜਿੰਦ ਕੱਢ ਕੇ ਤੇਰੇ ਚਿੱਟਿਆਂ ਦਾ ਨਾਂ ਦਾ ਹਸਾਵੇ ਲੈ ਗਿਆ ਮੇਰੀ ਜਿੰਦ ਕੱਢ ਕੇ ਕੀ ਬਾਤ ਹੈ ਕੀ ਬਾਤ ਹੈ ਅੱਜ ਵੀ ਮੈਂ ਜੀ ਇਹ ਗੀਤ ਨਾ ਗਾਵਾਂ ਤਾਂ ਮੇਰੀ ਸਟੇਜ ਕੰਪਲੀਟ ਨਹੀਂ ਹੁੰਦੀ ਸਹੀ ਗੱਲ ਹੈ ਬਿਲਕੁਲ ਠੀਕ ਹੈ ਜੀ ਬੜੇ ਕਈ ਚੀਜ਼ਾਂ ਰੂਹ ਦੇ ਨੇੜੇ ਹੁੰਦੀਆਂ ਨੇ ਲੋਕਾਂ ਦੇ ਵੀ ਤੁਹਾਡੇ ਆਪਣੇ ਵੀ ਲੋਕਾਂ ਦੇ ਅਸਲ 'ਚ ਲੋਕਾਂ ਦੇ ਘਰਾਂ 'ਚ ਵਸਾ ਜਿਵੇਂ ਕਰ ਜਾਂਦੀਆਂ ਨੇ ਨਾ ਮਤਲਬ ਕਿ ਦਿਨਾਂ ਦੇ ਵਿੱਚ ਵਾਸ ਕਰ ਜਾਂਦੇ ਨੇ ਉਹ ਚੀਜ਼ ਸੀ ਅੱਜ ਵੀ ਲੋਕ ਚਿੱਟਿਆਨਾਂ ਦੇ ਹਾਸੇ ਵਾਲੀ ਕਹਿ ਕੇ ਕਈ ਵਾਰੀ ਜਾਂਦੇ ਮਿਰਜ਼ੇ ਵਾਲੀ ਤਾਂ ਕਹਿੰਦੇ ਹੀ ਕਹਿੰਦੇ ਆ ਪਵਿੰਦਰਗੋੜ ਚਿੱਟਿਆਨਾਂ ਦਾ ਹਾਸਾ ਸੁਣਾਓ ਬਿਲਕੁਲ ਠੀਕ ਹੈ ਅੱਛਾ ਇੱਕ ਮਿੰਟ ਮੈਂ ਇੱਕ ਦੱਸੋ ਵੀ ਪੁਰਾਣੇ ਸਮੇਂ ਵੀ ਜਿਹੜਾ ਸੀਗਾ ਮਤਲਬ ਆਪਾਂ ਆਮ ਕੱਲਾਂ ਕਰਦੇ ਸੀਗੇ ਵੀ ਬੜਾ ਹਿੱਕ ਤੇ ਜ਼ੋਰ ਨਾਲ ਗਾਉਣ ਵਾਲਾ ਗਾਇਕ ਅੱਜ ਕੱਲ ਲੋਕ 15 ਮਿੰਟ ਦੇ ਪ੍ਰੋਗਰਾਮ ਵਿੱਚ ਸੀਡੀ ਲਾ ਕੇ ਗਾ ਜਾਂਦੇ ਆ ਤੁਸੀਂ ਕੀ ਸੋਚਦੇ ਹੋ ਐਸੀ ਐਸੇ ਗਾਇਕਾਂ ਬਾਰੇ ਤੇ ਐਸੀ ਗਾਇਕੀ ਬਾਰੇ ਅਸਲ 'ਚ ਉਹ ਪਹਿਲਾਂ ਜੀ ਪ੍ਰੋਫੈਸ਼ਨਲ ਨਹੀਂ ਸੀ ਹੁੰਦੇ ਲੋਕ ਹੂੰ ਪਹਿਲਾਂ ਸ਼ੌਕ ਸੀਗਾ ਸ਼ੌਕ ਸੀ ਬਿਲਕੁਲ ਸ਼ੌਕ ਸੀ ਜੇ ਕਿਸੇ ਨੇ ਗਾਉਣਾ ਤਾਂ ਉਹਨੇ ਗਾਉਣਾ ਤਾਂ ਫਿਰ ਉਹਨੇ ਸਿੱਖ ਕੇ ਗਾਉਣਾ ਹੂੰ ਅੱਜ ਕੱਲ ਇਹ ਕਿੱਤਾ ਬਣਾ ਲਿਆ ਜੀ ਲੋਕਾਂ ਨੇ ਵੈਸੇ ਤਾਂ ਬਾਹਰ ਜਾਣ ਦਾ ਹੀ ਕਿੱਤਾ ਬਣ ਗਿਆ ਜੀ ਇਹ ਪਹਿਲਾਂ ਸਿੰਗਰ ਬਣ ਜਾਊਗਾ ਜੀ ਉਹ ਕੈਨੇਡਾ ਚਲਾ ਜਾਊਗਾ ਉਹ ਅਮਰੀਕਾ ਚਲਾ ਜਾਊਗਾ ਲੋਕਾਂ ਦਾ ਜਾਦਾ ਜਰੀਆ ਇਹ ਬਣ ਗਿਆ ਸੀ ਤੇ ਇਹ ਵੀ ਸਾਨੂੰ ਵੀਜ਼ਾ ਮਿਲ ਜਾਊਗਾ ਸੀ ਚਲੇ ਜਾਉਗੇ ਬਾਹਰ ਪਹਿਲਾਂ ਲੋਕਾਂ ਦੇ ਦਿਮਾਗ 'ਚ ਇਹ ਗੱਲ ਹੀ ਇਹ ਨਹੀਂ ਸੀ ਨਹੀਂ ਸੀ ਠੀਕ ਹੈ ਤਾਂ ਜਿਹੜੇ ਹੁਣ ਜਿਹੜੇ ਸਿੱਖਣਗੇ ਨਹੀਂ ਜਿਹੜੇ ਰਿਆਜ਼ ਨਹੀਂ ਕਰਨਗੇ ਤੇ ਉਹ ਲਾਈਵ ਕਿਵੇਂ ਕਰਨਗੇ ਸਟੇਜ ਦੇ ਉੱਤੇ ਬਿਲਕੁਲ ਠੀਕ ਹੈ ਗੱਲ ਤੇ ਜਿਹੜੇ ਗੀਤਕਾਰ ਅੱਜ ਕੱਲ ਲਿਖ ਰਹੇ ਨੇ ਜੋ ਕਹਿੰਦੇ ਨੇ ਵੀ ਅਸੀਂ ਵੈਸੇ ਤਾਂ ਜੋ ਦੇਖੋ ਲਿਖ ਰਹੇ ਨੇ ਗਾਇਕ ਉਹੀ ਪ੍ਰੋਸੀ ਜਾ ਰਹੇ ਨੇ ਕੰਪਨੀ ਉਹੀ ਪ੍ਰੋਸੀ ਜਾ ਰਹੀਆਂ ਨੇ ਪਰ ਜਦੋਂ ਕਿਤੇ ਪੁੱਛਿਆ ਜਾਂਦਾ ਉਹਨਾਂ ਨੂੰ ਸਾਰੇ ਹੀ ਕਹਿਣਗੇ ਵੀ ਅਸੀਂ ਸੱਭਿਆਚਾਰ ਦੀ ਸੇਵਾ ਕਰ ਰਹੇ ਹਾਂ ਕੋਈ ਸੱਭਿਆਚਾਰ ਦੀ ਸੇਵਾ ਨਹੀਂ ਕਰਾ ਰਿਹਾ ਕੋਈ ਸੱਭਿਆਚਾਰ ਦੀ ਸੇਵਾ ਨਹੀਂ ਕਰਾ ਰਿਹਾ ਕਿੱਤਾ ਬਣਾ ਲਿਆ ਜੀ ਲੋਕਾਂ ਨੇ ਹੂੰ ਕਿੰਨੇ ਕਿੰਨੇ ਪੈਸੇ ਅੱਜ ਸ਼ੋਅ ਦੇ ਮਨਲਾ ਸਾਡੇ ਅਸੀਂ ਜ਼ਿੰਦਗੀ ਚੰਨੇ ਪੈਸੇ ਇਕੱਠੇ ਨਹੀਂ ਜੋਕਾ ਕੀਤੇ ਹੁਣ ਜਿੰਨੇ ਉਹ ਇੱਕ ਸ਼ੋਅ ਦੇ ਅੱਜ ਪੈਸੇ ਮੰਗਦੇ ਨੇ ਸਹੀ ਗੱਲ ਹੈ ਤੇ ਉਹਨਾਂ ਦੇ ਫਿਰ ਖਰਚੇ ਕਿਦਾਂ ਰਹੇ ਵੀ ਉਦੋਂ ਦੇ ਨਾਲੋਂ ਹੁਣ ਜ਼ਿਆਦਾ ਨਹੀਂ ਕਰਦੇ ਜਿਵੇਂ ਖਰਚੇ ਕੀ ਜੀ ਮੈਨੂੰ ਹੁਣੇ ਬੇਟਾ ਦੱਸ ਰਿਹਾ ਸੀ ਵੀ ਇੱਕ ਸਿੰਗਰ ਨੇ ਪਤਾ ਨਹੀਂ ਕਿੰਨੇ ਲੱਖ ਡਾਲਰ ਦੀ ਘੜੀ ਪਾਈ ਹੋਈ ਹੈ ਜੀ ਤੇ ਪਹਿਲਾ ਸਿੰਗਰ ਕੁਰਤਾ ਪਜਾਮਾ ਤੁਸੀਂ ਸੁਦੀਸ਼ ਸਾਹਿਬ ਨੂੰ ਦੇਖੋ ਜੀ ਅੱਜ ਉਹਨਾਂ ਦੇ ਕਿਹੜੀ ਕਿਹੜੀ ਪਾਈ ਹੁੰਦੀ ਹੈ ਮਹਿੰਗੀ ਪਾਈ ਹੁੰਦੀ ਹੈ ਉਹ ਪੁਰਾਣੇ ਸਿੰਗਰਾਂ ਚ ਉਹ ਚਿੱਟਾ ਕੁਰਤਾ ਪਜਾਮਾ ਪਾ ਕੇ ਘਰ ਲੰਦੇ ਨੇ ਜੀ ਸਿੰਪਲ ਉਹਨਾਂ ਨੂੰ ਲੋੜ ਹੀ ਨਹੀਂ ਹੈਗੀ ਜੀ ਗਾਇਕੀ ਉਹਨਾਂ ਦੇ ਪੱਲੇ ਆ ਉਹਨਾਂ ਨੂੰ ਇੰਨਾ ਮਹਿੰਗਾ ਸਮਾਨ ਜਾਂ ਇੰਨਾ ਮਹਿੰਗਾ ਕੁਝ ਰੱਖਣ ਦੀ ਲੋੜ ਕੀ ਹੈ ਲੋਕ ਦਿਖਾਵਾ ਕਰਦੇ ਨੇ ਕਿਉਂਕਿ ਉਹਨਾਂ ਦੇ ਲੋਕ ਕ ਲੋਕ ਕਲਾਕਾਰ ਦੀ ਅੱਜ ਵੀ ਕਦਰ ਕਰਦੇ ਨੇ ਹੂੰ ਪਰ ਜਦੋਂ ਕਲਾਕਾਰ ਕਲਾ ਪਿੱਛੇ ਜਾਂ ਹੋਰ ਮੁੱਦਿਆਂ ਪਿੱਛੇ ਮੀਡੀਆ 'ਚ ਲੜਦੇ ਨੇ ਮੈਂ ਤਾਂ ਜੀ ਪਹਿਲਾਂ ਵੀ ਗੱਲ ਕੀਤੀ ਹੈ ਜੀ ਮੈਂ ਕਹਿੰਦੇ ਜਿਹੜਾ ਕਲਾਕਾਰ ਹੈ ਜੀ ਉਹ ਨਾ ਲੜਦਾ ਜੀ ਕਿਸੇ ਨਾਲ ਕਿਉਂ ਪਬਲਿਕ ਦਾ ਉਹ ਪਹਿਰੇਦਾਰ ਹੈ ਬਿਲਕੁਲ ਠੀਕ ਹੈ ਗੱਤੁੜੀ ਜਿਹੜਾ ਅਸੀਂ ਹੋਕਾ ਦੇਵਾਂਗੇ ਲੋਕਾਂ ਨੇ ਉਹੀ ਫੋਲੋ ਕਰਨਾ ਹੈ ਹੂੰ ਜੇ ਅਸੀਂ ਮਾੜਾ ਔਕਾ ਦੇਵਾਂਗੇ ਤਾਂ ਬੱਚੇ ਮਾੜਾ ਮਾੜੀ ਚੀਜ਼ ਨੂੰ ਫੋਲੋ ਕਰਨਗੇ ਜੇ ਪਹਿਲਾਂ ਲੋਕੀ ਕਹਿੰਦੇ ਸੀ ਜਿਹੜਾ ਸਿੰਗਰ ਹੈ ਉਹ ਵੰਜਾਰੇ ਵਰਗਾ ਬਿਲਕੁਲ ਗਲੀ ਗਲੀ ਵੰਜਾਰਾ ਫਿਰਦਾ ਬਿਲਕੁਲ ਠੀਕ ਹੈ ਫੱਕਰ ਸੁਭਾ ਦਾ ਸੀ ਉਹਨੂੰ ਪੈਸੇ ਦੀ ਕੋਈ ਖਿੱਚ ਨਹੀਂ ਸੀ ਹੁੰਦੀ ਜਿਵੇਂ ਮੈਂ ਕਿਹਾ ਸਜੀਦ ਸਾਹਿਬ ਚਿੱਟਾ ਕੁੜਤਾ ਮੈਂ ਵਗਾ ਕੇ ਪਾ ਕੇ ਗਾਉਂਦੇ ਨੇ ਉਹਨਾਂ ਨੇ ਕਿਹਾ ਅੱਜ ਜਿਹੜੇ ਮਹਿੰਗੇ ਮਹਿੰਗੇ ਐਂਕਾਂ ਲਾ ਕੇ ਰੈਡ ਕਾਣੀ ਜੀ ਉਤਾਰਦੇ ਸਟੇਜ ਤੋਂ ਕਾਲੀ ਐਂਕਾਂ ਜੀ ਗੀਤ ਐਂਕਾਂ ਤੇ ਬਣ ਗਏ ਹੈ ਐ ਮੈਂ ਕਹਿੰਦਾ ਨੇਰੇ ਦੇ ਵਿੱਚ ਵੀ ਆਣ ਕਾ ਕਾਲੀਆਂ ਲਈ ਫਿਰ ਜੰਦੇ ਨੇ ਜੀ ਹਾਂਜੀ ਹਾਂਜੀ ਕੀ ਲੋੜ ਹੈ ਜੀ ਉਹਦੀ ਤੁਹਾਡੇ ਕੋਲ ਕਾ ਕੀ ਹੋਣੀ ਚਾਹੀਦੀ ਆ ਬਿਲਕੁਲ ਬਿਲਕੁਲ ਲੋਕੀ ਕਦਰ ਕਰਦੇ ਨੇ ਜੀ ਉਸ ਚੀਜ਼ ਦੀ ਗੁਰਦਾਸ ਮਾਨ ਜੀ ਨੇ ਅੱਜ ਵੀ 50 ਸਾਲ ਹੋ ਗਿਆ ਉਹਨਾਂ ਨੂੰ ਇਸ ਕਿਤੇ ਕਿਤੇ ਦੇ ਵਿੱਚ ਆਇਆ ਨੂੰ ਹੂੰ ਉਹਨਾਂ ਦੀ ਕਦੇ ਕਿਸੇ ਨਾਲ ਲੜਾਈ ਸੁਣੀ ਨਹੀਂ ਉਹਨਾਂ ਦੀ ਕਦੇ ਕੋਈ ਗੱਲ ਸੁਣੀ ਅੱਜ ਵੀ ਲੋਕੀ ਉਹਨੂੰ ਗੁਰੂ ਮਾਵਾ ਵਾਂਗੂ ਪੈਰੇ ਹੱਥ ਲਾ ਕੇ ਉਹਨਾਂ ਦੇ ਪੈਰੇ ਹੱਥ ਲਾਉਂਦੇ ਆ ਹੂੰ ਉਹਨਾਂ ਦੀ ਅੱਜ ਵੀ ਓਨੀ ਕਦਰ ਹੈ ਜਿੰਨੀ ਉਸ ਟਾਈਮ ਤੋਂ ਅੱਜ ਵੀ ਜ਼ਿਆਦਾ ਕਦਰ ਹੈ ਠੀਕ ਹੈ ਅੱਜ ਦਾ ਸਿੰਗਰ ਦੋ ਸਾਲ ਪੰਤੇ ਇੱਕ ਸਾਲ ਇੱਕ ਗੀਤ ਚੱਲਦਾ ਦੂਜਾ ਗੀਤ ਤਾਂ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ ਇੱਕ ਅੱਜ ਦੇ ਸਿੰਗਰ ਆਪਣੀ ਜਿਹੇ ਦਾ ਕੁਝ ਉਹ ਗਾਈ ਜਾਂਦੇ ਨੇ ਜੀ ਉਹੋ ਜਿਹਾ ਕੁਝ ਹੀ ਕਰੀ ਜਾਂਦੇ ਨੇ ਹਥਿਆਰਾ ਤੇ ਗੀਤ ਗਾਉਂਦੇ ਨੇ ਜੀ ਨਸ਼ਿਆ ਤੇ ਗੀਤ ਗਾਉਂਦੇ ਨੇ ਜੀ ਸਹੀ ਗੱਲ ਅਸੀਂ ਲੋਕਾਂ ਨੂੰ ਕੀ ਸਿਖਾਉਣਾ ਵੀ ਤੁਸੀਂ ਨਸ਼ੇ ਕਰੋ ਜੀ ਆ ਚਿੱਟਾ ਚਿੱਟਾ ਪਚਿੱਟਾ ਨਹੀਂ ਪਾਰ ਲੰਘਦਾ ਜੀ ਕੀ ਗੀਤ ਹੈ ਜੀ ਇਹ ਅਸੀਂ ਲੋਕਾਂ ਨੂੰ ਤਾਂ ਸਿਖਾਉਂਦੇ ਆ ਜੀ ਕਿ ਤੁਸੀਂ ਚਿੱਟਾ ਖਾਓ ਜੀ ਇਹਦੇ ਵਿੱਚ ਨਸ਼ਾ ਹੁੰਦਾ ਨਹੀਂ ਬਿਲਕੁਲ ਨਹੀਂ ਕਹਿਣਾ ਚਾਹੀਦਾ ਇਹ ਜਾਂ ਤਾਂ ਇਹਨਾਂ ਨੂੰ ਫਿਰ ਕੰਪਨੀ ਵਾਲੇ ਪੈਸੇ ਦਿੰਦੇ ਉਹਨੇ ਵੀ ਤੁਸੀਂ ਬਝੂਰੀ ਕਰੋ ਜੀ ਚਿੱਟੇ ਦੀ ਹੂੰ ਇਹ ਕੋ ਸਟੇਜਾਂ ਤੇ ਕੀ ਦਿਖਾਉਣਾ ਲੈਣੇ ਜੀ ਮੈਂ ਤਾਂ ਜਿਹੜੇ ਅੱਜ ਕੱਲ ਦੇ ਗੀਤਾਰਾਂ ਦੇ ਨਾਮ ਮੈਂ ਸੁਣਾ ਜੀ ਨਾਮ ਇਹਨਾਂ ਨੂੰ ਪਸੰਦ ਕਰਾ ਠੀਕ ਹੈ ਗੱਲ ਸੋ ਦੋਸਤੋ ਭਵਿੰਦਰ ਕੌਰ ਮੋਹਾਲੀ ਜੀ ਨਾਲ ਗੱਲਾਂ ਬਾਤਾਂ ਇਦਾਂ ਹੀ ਹੁੰਦੀਆਂ ਰਹਿਣਗੀਆਂ ਮੁੜ ਕੇ ਹਾਜ਼ਰ ਹੁੰਦੇ ਆ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ Let's grow your business. Let's expand your visibility. Let's make your reach. Let's join hands. ਸ਼ਾਨ ਪੰਜਾਬੀ ਚੈਨਲ ਦੇ ਰਾਹੀਂ ਤੁਸੀਂ ਪਹੁੰਚਾ ਸਕਦੇ ਹੋ ਆਪਣੇ ਬਿਜ਼ਨਸ ਨੂੰ ਦੁਨੀਆ ਦੇ ਹਰ ਇੱਕ ਕੋਨੇ ਦੇ ਵਿੱਚ। ਸ਼ਾਨ ਪੰਜਾਬੀ ਚੈਨਲ ਕਰੇਗਾ ਤੁਹਾਡੇ ਬਿਜ਼ਨਸ ਤੇ ਇੱਕ ਰਿਸਰਚ ਤੇ ਪਹੁੰਚਾਏਗਾ ਤੁਹਾਡੇ ਬਿਜ਼ਨਸ ਨੂੰ ਦੁਨੀਆ ਦੇ ਉਸ ਕੋਨੇ ਦੇ ਵਿੱਚ ਜਿੱਥੋਂ ਤੁਹਾਨੂੰ ਮਿਲ ਸਕਦਾ ਸਭ ਤੋਂ ਜ਼ਿਆਦਾ ਫਾਇਦਾ। ਲੱਖਾਂ ਖਰਚਣ ਦੀ ਲੋੜ ਨਹੀਂ। ਜਦ ਥੋੜੇ ਹੀ ਪੈਸਿਆਂ ਵਿੱਚ ਤੁਸੀਂ ਪਹੁੰਚ ਸਕਦੇ ਹੋ। ਇੱਥੇ 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 ਇਥੇ 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 ਸਹੀ ਰਾਹ ਪਕੜेंगे तो सही जगह पहुंचेंगे फॉर मोर कांटेक्ट अस ਸੋ ਦੋਸਤੋ ब्रेक ਤੋਂ ਬਾਅਦ ਫਿਰ ਹਾਜ਼ਰਾਂ ਪ੍ਰੋਗਰਾਮ ਲੈ ਕੇ ਰੋਧੀਆਂ ਗੱਲਾਂ ਗੱਲਾਂਬਾਤਾਂ ਕਰਾਂਗੇ ਭਵਿੰਦਰ ਕੌਰ ਮੋਹਾਲੀ ਜੀ ਦੇ ਨਾਲ ਸੋ ਮੈਡਮ ਜੀ ਅਗਲਾ ਕੁਐਸਚਨ ਤੁਹਾਡੇ ਲਈ ਜਿਵੇਂ ਆਪਾਂ ਗੱਲਾਂ ਕਰ ਰਹੇ ਸੀਗੇ ਹਾਂਜੀ ਤੁਹਾਡਾ ਕਾਫੀ ਲੰਮਾ ਸਫ਼ਰ ਰਿਹਾ ਹੈ ਭਾਵੇਂ ਤੁਸੀਂ ਪੇਸ਼ੇਵਰ ਗਾਇਕੀ ਨੂੰ ਨਹੀਂ ਅਪਣਾਇਆ ਪਰ ਫਿਰ ਵੀ ਗਾਇਕੀ ਨੂੰ ਤੁਸੀਂ ਖੁੱਲਕੇ ਗਾਇਆ ਤੇ ਕਿੰਨੇ ਕੁ ਗੀਤ ਜਿਹੜੇ ਹੈਗੇ ਤੁਸੀਂ ਸਰੋਤਿਆਂ ਦੀ ਝੋਲੀ 'ਚ ਪਾਏ ਨੇ ਮੇਰੀਆਂ ਜੀ 10 ਕੈਸਟਾਂ ਅੱਜ ਹੋਈਆਂ ਮਾਰਕੀਟ ਦੇ ਵਿੱਚ ਤੇ ਇੱਕ ਕੈਸਟ ਦੇ ਵਿੱਚ 8 ਗੀਤੇ ਹੁੰਦੇ ਹੁੰਦੇ ਸੀਗੇ 80 ਤਾਂ ਏਅਰ ਕਰੋਗੇ ਹਾਂਜੀ ਬਾਕੀ ਵੈਸੇ ਪਹਿਲਾਂ ਦੂਦਰਸ਼ਨ ਦੇ ਉੱਤੇ ਮਤਲਬ ਕਿ ਰਿਕਾਰਡਿੰਗ ਉੱਥੇ ਹੀ ਕਰਾਉਣਾ ਪੈਂਦਾ ਸੀ ਉੱਥੇ ਰਿਕਾਰਡਿੰਗ ਹੁੰਦੀ ਸੀ ਲਾਈਵ ਹੁੰਦਾ ਸੀ ਲਾਈਵ ਹੁੰਦਾ ਸੀ ਹਾਂਜੀ ਤੇ ਹੁਣ ਤਾਂ ਜਿਵੇਂ ਸੀ ਡੀ ਆ ਲੋਕੀ ਵੈਸੇ ਵੀ ਪ੍ਰੋਗਰਾਮਾਂ ਦੇ ਵੀ ਸੀ ਡੀ ਲਾਈ ਜਾਂਦੇ ਆ ਹਾਂ ਬਿਲਕੁਲ ਤੇ ਉਹ ਵੀਰੇ ਉਹਨਾਂ ਉਦਾਂ ਵੀ ਗੀਤ ਰਿਕਾਰਡ ਹੋਏ ਹੋਏ ਨੇ ਹਨਾ ਤੇ ਬਾਕੀ ਕਦੇ ਕੁਝ ਇੱਕ ਕੈਸਟ ਦੇ ਵਿੱਚ ਕਿਸੇ ਨੇ ਇੱਕ ਗੀਤ ਗਵਾ ਲਿਆ ਕਦੇ ਕਿਤੇ ਗਵਾ ਲਿਆ ਮਤਲਬ ਕਿ ਕੁੱਲ ਮਿਲਾ ਕੇ ਨਾ ਨਾ ਕਰਦੇ ਆਪਾਂ ਜੇ ਲਾਈਏ ਤਾਂ ਕਿੰਨੇ ਗੀਤ ਹੋਗੇ ਹਜ਼ਾਰਾਂ ਚ ਹੋ ਜਾਣਗੇ ਮਤਲਬ ਕਿ ਕਾਫੀ ਸਾਰੀਆਂ ਕੈਸਟਾਂ ਆਈਆਂ ਮਾਰਕੀਟ ਦੇ ਵਿੱਚ ਲੋਕਾਂ ਨੇ ਚੰਗਾ ਰਿਸਪੌਂਸ ਦਿੱਤਾ ਜੀ ਮੈਂ ਤਾਂ ਕਹਿੰਦੇ ਨੇ ਜਿੰਨੇ ਲੋਕਾਂ ਨੇ ਮੈਨੂੰ ਜਿੱਦ ਤੇ ਦੇਖ ਮੈਨੂੰ ਕਦੇ ਕੋਈ ਅੱਜ ਵੀ ਭੈਣ ਜੀ ਤੋਂ ਬਿਨਾ ਗੱਲ ਨਹੀਂ ਕਰਦਾ ਜੀ ਬਿਲਕੁਲ ਬਿਲਕੁਲ ਨਹੀਂ ਕਰਦਾ ਤਾਂ ਮੈਂ ਕਹਿੰਦੀ ਜਿੰਨੀ ਇਸ ਕਿੱਤੇ ਦੇ ਵਿੱਚ ਮੈਂ ਇੱਜ਼ਤ ਕਮਾਈ ਹੈ ਪਰਮਾਤਮਾ ਸਭ ਨੂੰ ਦੇਵੇ ਬਹੁਤ ਅੱਛੀ ਗੱਲ ਹੈ ਜੀ ਕਿਰਦਾਰ ਜਿਹੜਾ ਤੁਹਾਡਾ ਰਿਹਾ ਹੈ ਤੇ ਉਹੀ ਇੱਜ਼ਤ ਸਮਾਜ ਨੇ ਤੁਹਾਨੂੰ ਦੇਣੀ ਹੈ ਜਿਵੇਂ ਦਾ ਤੁਸੀਂ ਗਾਇਆ ਹੈ ਲੋਕਾਂ ਨੇ ਪਸੰਦ ਕੀਤਾ ਤੇ ਜਦੋਂ ਤੁਸੀਂ ਗੀਤ ਗਾਏ ਨੇ ਉਹਦੇ ਪਿੱਛੇ ਕਿਸੇ ਨਾ ਕਿਸੇ ਕਲਮ ਦਾ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਤੇ ਤੁਸੀਂ ਕਿਹੜੇ-ਕਿਹੜੇ ਜੋ ਰਾਈਟਰਸ ਨੇ ਉਹਨਾਂ ਨੂੰ ਮੁਕਤ ਹੋਰ ਤੇ ਕਿਹੜੇ ਕਿਹੜੇ ਰਾਈਟਸ ਨੂੰ ਗਾਇਆ ਮੈਂ ਜੀ ਤਕਰੀਬਨ ਜਿਹੜੇ ਪੁਰਾਣੇ ਸਾਡੇ ਰਾਈਟਰ ਸੀ ਜੀ ਜਿਹਦੇ ਵਿੱਚੋਂ ਅਲਵੇਲ ਬਰਾੜ ਜੀ ਠੀਕ ਹੈ ਜੀ ਜੀਤ ਗੋਲੇ ਵਾਲੇ ਜਿਨ੍ਹਾਂ ਦਾ ਮਾਨਕ ਸਾਹਿਬ ਦਾ ਗੀਤ ਬੜਾ ਮਸ਼ਹੂਰ ਹੈ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਟਾਉਣਾ ਮੈਂ ਉਹਨਾਂ ਨੂੰ ਵੀ ਗਾਇਆ ਉਹਦੇ 'ਚ ਆਉਂਦਾ ਉਹਨਾਂ ਦਾ ਮੈਂ ਗੀਤ ਗਾਇਆ ਮੈਂ ਤੁਹਾਨੂੰ ਗਾ ਕੇ ਸੁਣਾਉਣੀ ਆ ਠੀਕ ਹੈ ਹੋ ਇੱਜ਼ਤ ਦਾ ਮੁੱਲ ਹੁੰਦਾ ਵੱਧ ਕਰੋੜਾਂ ਲੱਖਾਂ ਤੋਂ ਇੱਜ਼ਤ ਦਾ ਮੁੱਲ ਹੁੰਦਾ ਵੱਧ ਕਰੋੜਾਂ ਲੱਖਾਂ ਤੋਂ ਤੀ ਹੋਵੇ ਮਟਿਆਰ ਨਾ ਓਲੇ ਕਰੀਏ ਅੱਖਾਂ ਤੋਂ ਤੀ ਹੋਵੇ ਮਟਿਆਰ ਨਾ ਓਲੇ ਕਰੀਏ ਅੱਖਾਂ ਤੋਂ ਇੱਕ ਪ੍ਰਾਣੇ ਰਾਈਟਰ ਸੀ ਜੀ ਬਲਵੰਤ ਫੁੱਲਪੁਰ ਜੀ ਹਾਂਜੀ ਉਹਨਾਂ ਦਾ ਗੀਤ ਆਪਾਂ ਸਾਰਿਆਂ ਨੇ ਬਚਪਨ ਜੀ ਸੁਣਿਆ ਹੈ ਪਰ ਪਤਾ ਨਹੀਂ ਜੀ ਆਪਾਂ ਨੂੰ ਕਈ ਵਾਰ ਪਤਾ ਨਹੀਂ ਹੁੰਦਾ ਵੀ ਕਿਹੜਾ ਰਾਈਟਰ ਹੈ ਨਹੀਂ ਪਤਾ ਹੁੰਦਾ ਜੀ ਬਿਲਕੁਲ ਉਹ ਸੀਗੇ ਭਾਬੋ ਕਹਿੰਦੀ ਏ ਬਲਵੰਤ ਸਿੰਘਾ ਵੇਲਣ ਵਾਲਿਆ ਕੀ ਬਾਤ ਹੈ ਮੈਂ ਉਹਨਾਂ ਦੇ ਗੀਤ ਵੀ ਰਾਇਆ ਤਵਾੜੀ ਸਾਹਿਬ ਉਹਨਾਂ ਦੇ ਗੀਤ ਗਾ ਰਹੇ ਸ਼ਮਸ਼ੇ ਸੰਧੂ ਜੀ ਦੇ ਗੀਤ ਗਾਏ ਨੇ ਬਲਕਿ ਪੁਰਾਣੇ ਇੱਕ ਮੇਰਾ ਗੀਤ ਬੜਾ ਹਿੱਟ ਹੋਇਆ ਸੀਗਾ ਜੀ ਦਰਸ਼ਨ ਸੈਫਲੇ ਜੀ ਅੱਛਾ ਉਹ ਸੀਗਾ ਮੇਰਾ ਗੀਤ ਉਹ ਮੇਰੇ ਕੈਸਟ ਦਾ ਨਾਂ ਹੀ ਸੀਗਾ ਜੀ ਉਹ ਸ਼ਗਣਾ ਦਾ ਕੋਕਾ ਮੈਂ ਸਾਰੇ ਹੀ ਰੈਡੀਓ ਜਿੰਨੇ ਪੁਰਾਣੇ ਰੈਡੀਓ ਸੀ ਮੈਂ ਸਾਰੇ ਗਾਏ ਕੀ ਆ ਬਾਤ ਹੈ ਜੀ ਕੀ ਆ ਬਾਤ ਹੈ ਤੋਂ ਦਰਸ਼ਕੋ ਇਹ ਦੇ ਗੱਲਾਂ ਰੋ ਦੀਆਂ ਸਾਡਾ ਮਤਲਬ ਮਕਸਦ ਹੀ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਸਿੰਗਰਾਂ ਨੇ ਜਾਂ ਜਿਨ੍ਹਾਂ ਕਲਾਕਾਰਾਂ ਨੇ ਇਹੋ ਜਿਹੀਆਂ ਗੱਲਾਂ ਗਾਈਆਂ ਨੇ ਇਹੋ ਜਿਹੀਆਂ ਗੱਲਾਂ ਤੁਹਾਡੇ ਸਾਹਮਣੇ ਲਿਆਂਦੀਆਂ ਨੇ ਉਹਨਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰੀਏ ਸੋ ਮੈਡਮ ਜੀ ਅੱਜ ਦਾ ਸਿੰਗਰ ਜੋ ਮਾਡਰਨ ਪਹਿਰਾਵਾ ਪਾ ਕੇ ਇੱਕ ਦਾ ਗੀਤ ਹਿੱਟ ਦੇ ਦਿੰਦਾ ਆ ਲੋਕੀ ਉਹਨੂੰ ਪਸੰਦ ਕਰ ਲੈਂਦੇ ਉਹ ਮਾਰਕੀਟ ਚ 4-5 ਲੱਖ ਰੁਪਈਆ ਇੱਕ ਪ੍ਰੋਗਰਾਮ ਦਾ ਮੰਗਣ ਲੱਗ ਜਾਂਦਾ ਹੈ ਤੁਹਾਡੇ ਵੇਲੇ ਕੀ ਸੀਗਾ ਤੁਸੀਂ ਕੀ ਤੁਹਾਡੀ ਪ੍ਰੋਗਰਾਮ ਦੀ ਡਿਮਾਂਡ ਹੁੰਦੀ ਸੀ ਤੇ ਕੀ ਤੁਹਾਨੂੰ ਮਿਲ ਜਾਂਦਾ ਸੀਗਾ ਸੜੀ ਡਿਮਾਂਡ ਨਹੀਂ ਸੀ ਹੁੰਦੀ ਉਦੋਂ ਤਾਂ ਅਗਲੇ ਡੇਟ ਲਿਖਾ ਦਿੰਦੇ ਸੀ ਆ ਕੇ ਉਦੋਂ ਪਰ ਐਸੀ ਫੋਨਾਂ ਤੇ ਗੱਲਾਂ ਨਹੀਂ ਸੀ ਹੁੰਦੀਆਂ ਲੋਕ ਘਰੇ ਚੱਲ ਕੇ ਆਉਂਦੇ ਸੀ ਹੂੰ ਐਂ ਕਹਿੰਦੇ ਤੁਸੀਂ ਜੇ ਅਸੀਂ ਪਹਿਲਾਂ ਸਿੰਗਰ ਨੂੰ ਮਿਲ ਕੇ ਆਵਾਂਗੇ ਜਿਸ ਨੂੰ ਬੁੱਕ ਕਰਕੇ ਆਉਣਾ ਠੀਕ ਹੈ ਉਹ ਮਿਲ ਕੇ ਹੂੰ ਜਾਂਦੇ ਹੁੰਦੇ ਸੀ ਉਦੋਂ ਜ਼ਿਆਦਾ ਜੀ ਵਿਆਹਾਂ ਦੇ ਤਾਂ ਪ੍ਰੋਗਰਾਮ ਬਹੁਤ ਕਿ ਲੋਕੀ ਕੋਈ ਬਿਰਲਾ ਬਿਰਲਾ ਹੁੰਦਾ ਸੀ ਜਿਹੜਾ ਵਿਆਹਾਂ ਦਾ ਸਿੰਗਰ ਲਾਉਂਦਾ ਹੁੰਦਾ ਸੀ ਹੈਨਾ ਠੀਕ ਹੈ ਜੀ ਤਾਂ ਸਾਨੂੰ ਉਹਰੇ ਰੇ ਬੁੱਕ ਕਰਨਾ ਤਾਂ ਅਸੀਂ ਕਦੇ ਇਹ ਨਹੀਂ ਸੀ ਪੁੱਛਣਾ ਵੀ ਤੁਸੀਂ ਕੀ ਦਿਓਗੇ ਜੀ ਅਸੀਂ ਕਹਿੰਦੇ ਸਾਡਾ ਖਰਚਾ ਦੇ ਦਿਓ ਜੀ ਇੰਨੇ ਸਾਜੀ ਹੋਣਗੇ ਨਾਲ ਸਾਊਂਡ ਵੀ ਆਉਣੀ ਹੈ ਜੀ ਆਹ ਵੀ ਆਉਣਾ ਜੀ ਹਨਾ ਅਰ ਤਾਂ ਵੀ ਦੇਣ ਵਾਲੇ ਜੀ ਉਹ ਥੋੜੇ ਕੋ ਹੋਰ ਘੱਟ ਕਰ ਲਓ ਜੀ ਇਹਨਾਂ ਕਈ ਵਾਰ ਤਾਂ ਸਾਨੂੰ ਪਤਾ ਹੀ ਨਹੀਂ ਸੀ ਹੁੰਦਾ ਕਿ ਉਹ ਲਫਾਵੇ ਚ ਕਿੰਨਾ 3000 ਪਾ ਕੇ ਦਿੱਤਾ ਕਿ 5000 ਪਾ ਕੇ ਦਿੱਤੇ ਕਿਆ ਬਾਤ ਹੈ ਕਿਆ ਬਾਤ ਅੱਜ ਕੱਲ ਤਾਂ ਢੋਲ ਵਾਲਾ ਲੈ ਲੈਂਦਾ ਜੀ ਇਹਨੇ ਹਾਂ ਜਿਹੜਾ ਅੱਜ ਕੱਲ ਅੱਜ ਕੱਲ ਕਿਉਂਕਿ ਅੱਜ ਕੱਲ ਜੀ ਫਿਰ ਉਹ ਜਿੰਨੇ ਫਿਰ ਸਿੰਗਰ ਜਿਹੜਾ ਆ 5 ਲੱਖ ਰੁਪਏ ਲੈਂਦਾ ਢੋਲ ਵਾਲੇ ਨੂੰ 3-4 ਦੇ ਦੋ ਫਿਰ ਕੀ ਕੀ ਫਰਕ ਪੈਂਦਾ ਜੀ ਅਗਲੇ ਉਹਨੇ ਵੀ ਤਾਂ ਵਜਾਉਣਾ ਜੋਰ ਉਹਦਾ ਜ਼ਿਆ गांव ਵਾਲਿਆਂ ਦੇ ਪਿੱਛੇ ਸੀੜੀ ਲਾ ਲੈਣੀ ਹੈ ਜੀ ਉਹ ਢੋਲ ਵਾਲੇ ਦਾ ਢੋਲ ਬਜਾਉਣ ਨੂੰ ਤਾਂ ਜ਼ੋਰ ਲੱਗੜੇ ਆ ਲੱਗਣਾ ਹੈ ਬਿਲਕੁਲ ਉਹਨਾਂ ਤਿੰਨ ਹਜ਼ਾਰ ਮੰਗਣਾ ਹੀ ਆ ਜੀ ਅੱਛਾ ਇੱਕ ਤੁਹਾਡੇ ਦੌਰ ਤੋਂ ਬਾਅਦ ਦੌਰ ਆਇਆ ਮਤਲਬ ਦੌਰ ਮੀਨ ਚੇਂਜ ਆਈ ਹਾਂਜੀ ਚੇਂਜ ਥੋੜੀ ਜੀ ਉਹਨਾਂ ਆਪਾਂ 네ਗੇਟਿਵ ਵੀ ਕਹਿ ਸਕਦੇ ਆ ਵੀ ਜਿਵੇਂ ਤੁਸੀਂ ਪਿੱਛੇ ਹਟ ਗਏ ਗਾਇਕੀ ਤੋਂ ਉਹਦਾ ਕੀ ਕਾਰਨ ਸੀ ਕਿਹਾ ਕੁਝ ਪਾਇਰੇਸੀ ਨੇ ਐਸਾ ਅਸਰ ਦਿਖਾਇਆ ਵੀ ਸਿੰਗਰਜ਼ ਨੂੰ ਪਿੱਛੇ ਜਾਣਾ ਪੈ ਗਿਆ ਪਿੱਛੇ ਹਟਣਾ ਪੈ ਗਿਆ ਪਾਇਰਸੀਆ 10 ਜੀ ਪਹਿਲਾਂ ਜਦੋਂ ਰਿਕਾਰਡਿੰਗ ਹੁੰਦੀ ਸੀ ਕੰਪਨੀ ਪੈਸੇ ਲਾਉਂਦੀ ਸੀ ਹਾਂਜੀ ਤੇ ਕੰਪਨੀ ਦੀ ਕੈਸਟ ਮਾਰਕੀਟ ਚ ਵਿਕ ਜਾਂਦੀ ਸੀ ਤੇ ਉਹਦਾ ਜਿਹੜਾ ਸਾਰਾ ਖਰਚਾ ਸੀ ਪੂਰਾ ਹੋ ਜਾਂਦਾ ਸੀ ਹੂੰ ਫਿਰ ਪਾਇਰਸੀ ਦੇ ਵਿੱਚ ਇਹ ਆ ਗਿਆ ਵੀ ਲੋਕੀ ਗੀਤ ਲੋਡ ਜੇ ਕਰਨ ਲੱਗੇ ਫੋਨਾਂ 'ਤੇ ਗੀਤਾਂ ਲੱਗ ਗਏ ਐ ਹੋ ਗਿਆ ਫਿਰ ਕੰਪਨੀ ਪੈਸੇ ਅਗਲੇ ਕਹਿੰਦੀ ਸੀ ਉਹ ਮੇਰੀ ਕੈਸਟ ਹੀ ਨਹੀਂ ਵਿਗਦੀ ਜੀ ਮੈਂ ਫਿਰ ਕੀ ਕਰਾਂ ਵੀ ਮੈਂ ਪੈਸੇ ਕਿੱਥੋਂ ਲਾਵਾਂ ਪਰ ਜਿਹੜੇ ਚੰਗੇ ਸਿੰਗਰ ਸੀਗੇ ਵਧੀਆ ਸਿੰਗਰ ਸੀਗੇ ਉਹਨਾਂ ਦੇ ਰਿਕਵੈਸਟ ਆਇਆ ਸੀ ਪਹਿਲਾ ਸਾਲ ਚ ਜੇ 2 ਆਉਂਦੇ ਸੀ ਫਿਰ 1 ਆਉਣ ਲੱਗ ਪਈ ਪਰ ਉਹਨਾਂ ਨੂੰ ਲੋਕੀ ਅੱਜ ਵੀ ਸੁਂਦੇ ਆ ਉਹਨਾਂ ਦੀ ਕੈਸਟ ਵੀ ਖਰੀਦੇ ਆ ਬਿਲਕੁਲ ਠੀਕ ਹੈ ਜੀ ਪਹਿਲਾ ਸਿੰਗਰ ਨੂੰ ਸਿੰਗਰ ਬਣਨ ਵਾਸਤੇ 8 ਗੀਤ ਗਾਉਣੇ ਪੈਂਦੇ ਸੀ ਹੂੰ ਤਾਂ ਲੋਕੀ ਸਿੰਗਰ ਮੰਨਦੇ ਸੀ ਠੀਕ ਹੈ ਜੀ ਤੇ ਹੁਣ ਤਾਂ ਇੱਕ ਗੀਤ ਗਾਉਂਦੇ ਨੇ ਜੀ ਤਾਂ ਇਹਦਾ ਸਟੇਜ ਜਾਂਦਾ ਉਹਨਾਂ ਤੋਂ ਗਾਣਾ ਹੀ ਹੁੰਦਾ ਜੀ ਫਿਰ ਸਟੈਮਨਾ ਨਹੀਂ ਬਣਦਾ ਸਟੈਮਨਾ ਨਹੀਂ ਹੁੰਦਾ ਜੀ ਨਹੀਂ ਬਣਦਾ ਰਿਆਜ਼ ਨਹੀਂ ਹੁੰਦਾ ਰਿਆਜ਼ ਹੀ ਨਹੀਂ ਹੁੰਦਾ ਉਹਨਾਂ ਨੂੰ ਇਹ ਨਹੀਂ ਪਤਾ ਜੀ ਰਿਆਜ਼ ਦਾ ਤੇ ਪ੍ਰੈਕਟਿਸ ਜਿਹੜੀ ਆਪਾਂ ਉਹਦਾ ਗੀਤਾ ਦੀ ਰਿਹਸਰਲ ਕਰਦੇ ਆ ਉਹਦੇ 'ਚ ਜਾਸ ਵੇਰੇ ਉੱਠ ਕੇ ਤੁਸੀਂ ਸਰਗਮਾ ਲਾਓ ਘੰਟਾ ਤੁਹਾਡਾ ਗਲਾ ਐਡਾ ਬੋਲੂਗਾ ਤਾਂ ਤੁਸੀਂ ਸਹੀ ਤੇ ਵੀ ਬੋਲੋਗੇ ਬਿਲਕੁਲ ਠੀਕ ਹੈ ਇੱਕ ਚੀਜ਼ ਹੋਰ ਦੱਸਿਓ ਥੋੜਾ ਮਨ ਲਓ ਹਾਸੇ ਟੱਟੇ ਵਾਲਾ ਜਿਹਦਾ ਲਾਈਟ ਜੋ ਕੁਐਸਚਨ ਹੈ ਕਿ ਕਦੇ ਐਦਾਂ ਵੀ ਹੋਇਆ ਹੈ ਕਿ ਪ੍ਰੋਗਰਾਮ ਚੱਲਦਾ ਹੋਵੇ ਭਪਿੰਦਰ ਕੌਰ ਮੁਹਾਲੀ ਉੱਚੀ ਆਵਾਜ਼ ਚ ਕੋਈ ਗੀਤ ਗਾ ਰਿਹਾ ਹੋਵੇ ਤੇ ਲਾਈਟ ਚਲੇ ਜਾਵੇ ਇਹ ਹੋਇਆ ਸੀ ਜੀ ਮੈਂ ਤੁਹਾਨੂੰ ਦੱਸਿਆ ਸੀ ਦਸ ਫੇਸ ਚ ਲਾਈਟ ਚਲੀ ਗਈ ਜੀ ਅੱਛਾ ਉਦੋਂ ਹਰਪ੍ਰਜਨ ਮਾਨ ਜੀ ਵੀ ਆ ਰਹੇ ਸੀ ਮਾਰਕੀਟ ਦੇ ਵਿੱਚ ਹੂੰ ਮੈਂ ਤੇ ਹਰਭਜਨ ਬਾਜ ਜੀ ਨੇ ਬੜੇ ਕਾਫੀ ਸਾਰੇ ਸੇਜਾਂ ਸੀ ਇਕੱਠੀਆਂ ਵੀ ਕੀਤੀਆਂ ਨੇ ਠੀਕ ਹੈ ਜੀ ਤੇ ਤੇ ਮਾਨਕ ਸਾਬ ਨੇ ਆਉਣਾ ਸੀਗਾ ਓਕੇ ਉਹ ਲਾਈਟ ਚਲੀ ਗਈ ਜੀ ਅੱਛਾ ਜੀ ਲੋਕੀ ਕਹਿੰਦੇ ਜੀ ਉਹ ਸਾਨੂੰ ਸੁਣਦਾ ਜੀ ਸੁਣਦਾ ਅੱਛਾ ਤੁਸੀਂ ਗਾਈ ਜੋ ਚੱਲਦੇ ਆ ਸੀ ਪ੍ਰੋਗਰਾਮ ਕੀ ਬਾਤ ਹੈ ਦੇਖੋ ਅੱਜ ਸੀਡੀ ਗਾਉਣ ਸੀਡੀ ਤੇ ਗਾਉਣ ਵਾਲਾ ਕਲਾਕਾਰ ਇਹ ਪਰਫਾਰਮੈਂਸ ਨਹੀਂ ਦੇ ਸਕਦਾ ਜਿਹੜੀ ਉਸ ਵੇਲੇ ਰਿਆਜ਼ ਕੀਤਾ ਜਿਨ੍ਹਾਂ ਨੇ ਉਹ ਦੇ ਸਕਦੇ ਸੀਗੇ ਸੋ ਅਗਲਾ ਕੁਐਸਚਨ ਤੁਹਾਡੇ ਲਈ ਕੀ ਹੈ ਜੀ ਵੀ ਜਿਹੜੇ ਪੁਰਾਣੇ ਸਿੰਗਰ ਸੀਗੇ ਤੇ ਅੱਜ ਦੇ ਨਵੇਂ ਸਿੰਗਰ ਤੁਹਾਨੂੰ ਕਿਹੜੇ ਕਿਹੜੇ ਪੁਰਾਣਿਆਂ ਚ ਕਿਹੜੇ ਪਸੰਦ ਆ ਤੇ ਨਵੇਂਾਂ ਚ ਕਿਹੜੇ ਤੁਸੀਂ ਪਸੰਦ ਕਰਦੇ ਹੋ ਵਧੀਆ ਗਾਉਂਦੇ ਨੇ ਜੀ ਪੁਰਾਣਿਆਂ ਦੇ ਵਿੱਚੋਂ ਜੀ ਪੈ ਪਾ ਨੂੰ ਨਰਿੰਦਰ ਵੀਰ ਬਾਜੇ ਨੂੰ ਬਹੁਤ ਪਸੰਦ ਕਰਦੇ ਸੀ ਮੈਂ ਉਹਨਾਂ ਨੂੰ ਮਿਲੀ ਵੀ ਹੋਈਆਂ ਜੀ ਬੜੀਆਂ ਸਟੇਜਾਂ 'ਤੇ ਅਸੀਂ ਇਕੱਠੇ ਹੋਏ ਹਾਂ ਠੀਕ ਹੈ ਜੀ ਤੇ ਮੈਂ ਦੂਜਾ ਸਰਦੂਰ ਬਾਜੇ ਨੂੰ ਬਹੁਤ ਪਸੰਦ ਕਰਦੇ ਹਾਂ ਸਦੂ ਸਿਕੰਦਰ ਜੀ ਦੋਨੋਂ ਵਧੀਆ ਕਲਾਕਾਰ ਨੇ ਬਿਲਕੁਲ ਕਦੇ ਐਸਾ ਵੀ ਪ੍ਰੋਬਲਮ ਤੇ ਨਵੇਂਾਂ ਦੇ ਵਿੱਚੋਂ ਮੈਨੂੰ ਕਮਲ ਖਾਨ ਜੀ ਚੰਗੇ ਲੱਗਦੇ ਆ ਕਮਲ ਖਾਨ ਮੁੰਡਾ ਬਹੁਤ ਅੱਛਾ ਗਾਉਂਦਾ ਵੈਰੀ ਕਦੇ ਐਸਾ ਵੀ ਸਵੱਬ ਬਣਿਆ ਕਿ ਤੁਹਾਨੂੰ ਗਾਇਕੀ ਦੇ ਖੇਤਰ ਵਿੱਚ ਜਾਂ ਗਾਇਕੀ ਦੇ ਸਿਰ ਤੇ ਕਿਤੇ ਵਿਦੇਸ਼ ਜਾਣ ਦਾ ਮੌਕਾ ਮਿਲਿਆ ਹੋਵੇ ਸਾਰੇ ਅਸੀਂ ਜਿਹੜੇ ਬਾਹਰ ਘੁੰਮਿਆ ਅਸੀਂ ਅਸੀਂ ਤਾਂ ਘੁੰਮੇ ਜੀ ਰੇ ਰਿਆਂ ਗਾਇਕੀ ਦੇ ਸਰਤੇ ਘੁੰਮਿਆ ਓਕੇ ਮੈਂ ਸਿਰਫ ਆਸਟ੍ਰੇਲੀਆ ਨਿਊਜ਼ੀਲੈਂਡ ਵਾਲਾ ਪਾਸਾ ਨੇ ਦੇਖਿਆ ਜੀ ਬਾਕੀ ਕੈਨੇਡਾ ਅਮਰੀਕਾ ਦਾ ਤਾਂ ਐਂ ਲੱਗਦਾ ਸੀ ਜਿਵੇਂ ਚੰਡੀਗੜ੍ਹ ਜਾਏ ਜਾਏ ਕੈਨੇਡਾ ਅਮਰੀਕਾ ਜਾਏ ਜੀ ਕਦੇ ਐਸਾ ਵੀ ਹੋਇਆ ਕਿ ਵੀ ਇੱਕੋ ਸਟੇਜ ਤੇ ਮਤਲਬ ਭਪਿੰਦਰਕੌਰ ਮੁਹਾਲੀ ਨੇ ਵੀ ਗਾਇਆ ਹੋਵੇ ਤੇ ਉਸੇ ਸਟੇਜ ਤੇ ਕੋਈ ਪਾਕਿਸਤਾਨੀ ਕਲਾਕਾਰ ਵੀ ਗਾ ਕੇ ਹਟਿਆ ਹੋਵੇ ਜਾਂ ਉਹਨੇ ਬਾਅਦ ਚ ਗਾਇਆ ਹੋਵੇ ਐਦਾਂ ਹੋਇਆ ਕਿਤੇ ਸਵੱਬ ਬਣਿਆ ਜਾਂ ਕਿਸੇ ਪਾਕਿਸਤਾਨੀ ਸਿੰਗਰ ਨੂੰ ਤੁਸੀਂ ਵੈਸੇ ਉਹਦਾ ਸੰਗਤ ਕਰਨ ਦਾ ਮੌਕਾ ਮਿਲਿਆ ਹੋਵੇ ਜਿਹੜੇ ਆਪਣੇ ਆਪ ਸਿੰਗਰ ਹਨ ਜੀ ਉਹ ਇੱਕ ਤਾਂ ਜਿਨ੍ਹਾਂ ਨੇ ਗਾਇਆ ਸੀਗਾ ਅ ਕੱਚੀ ਪੈਨਸਲ ਨਾਲ ਹਮ ਅਕਰਮ ਰਾਹੀ ਅਕਰਮ ਰਾਹੀ ਹਾਂਜੀ ਇੱਕ ਆਪਣੇ ਬਹੁਤ ਪੁਰਾਣੇ ਸਿੰਗਰ ਸ਼ੌਕਤ ਅਲੀ ਸਾਹਿਬ ਸ਼ੌਕਤ ਸ਼ੌਕਤ ਅਲੀ ਸਾਹਿਬ ਜਦੋਂ 95 ਦੇ ਵਿੱਚ ਆਪਣੇ ਇੱਥੇ ਪਾਕਿਸਤਾਨ ਦੇ ਸਿੰਗਰ ਆਏ ਸੀ ਦੁਸ਼ਹਿਰਾ ਗਰਾਉਂਡ 'ਚ ਮੋਹਾਲੀ ਹਾਂਜੀ ਹਾਂਜੀ ਮੈਨੂੰ ਉਹਨਾਂ ਨਾਲ ਰਹਿਣ ਦਾ ਰੇਸ਼ਮਾਜੀ ਨਾਂ ਰਹਿਣ ਦਾ ਸ਼ੌਕਤ ਅਲੀ ਸਾਹਿਬ ਨਾਲ ਰਹਿਣ ਦਾ ਬਹੁਤ ਉਹਨਾਂ ਨੂੰ ਮੌਕਾ ਮਿਲਿਆ ਉਹ ਸ਼ੌਕਤ ਅਲੀ ਸਾਹਿਬ ਨੂੰ ਅੱਜ ਵੀ ਮੇਰਾ ਨਾਮ ਯਾਦ ਆ ਜੀ ਉਹ ਕਿਸੇ ਨਾ ਕਿਸੇ ਦੇ ਹੱਥ ਸੁਨੇਹਾ ਭੇਜਦੇ ਨੇ ਉਹ ਕੁੜੀ ਇੱਕ ਭਪਿੰਦਰ ਗੌਰ ਹਮ ਭਗਵੰਤ ਮਾਨ ਦੇ ਵਿਆਹ ਤੇ ਆਏ ਸੀ ਜੀ ਉਹ ਤੇ ਮੈਂ ਭਗਵੰਤ ਮਾਨ ਦੇ ਵਿਆਹ ਤੇ ਨਹੀਂ ਸੀ ਗਈ ਹਮ ਤੇ ਉਹਨਾਂ ਨੇ ਪੁੱਛਿਆ ਕਿ ਉਹ ਕੁੜੀ ਨੂੰ ਨਹੀਂ ਸੱਦਿਆ ਅੱਛਾ ਉਹਨਾਂ ਦੇ ਯਾਦ ਸੀ ਵੀਰੋ ਉਹਨੂੰ ਮੇਰਾ ਨਾਮ ਆ ਗਿਆ ਸੀ ਮੇਰਾ ਮੈਂ ਕਿਹਨੇ ਬਹੁਤ ਖੁਸ਼ਕਿਸਮਤ ਆ ਕਿ ਜੀ ਮੈਨੂੰ ਉਹਨਾਂ ਨੂੰ ਮੇਰਾ ਨਾਮ ਯਾਦ ਹੈ ਉਹਨੇ ਕਿਹਾ ਕਿ ਕੀ ਬਾਤ ਹੈ ਹਮ ਅੱਛਾ ਜਦੋਂ ਤੁਸੀਂ ਪੁਰਾਣੇ ਮੇਲਿਆਂ ਦਾ ਜ਼ਿਕਰ ਕਰਦੇ ਆਪਾਂ ਹਮ ਉਸ ਵੇਲੇ ਕੀ ਹੁੰਦਾ ਸੀਗਾ ਸਿੰਗਰ ਨੂੰ ਕੋਈ ਐਦਾਂ ਨਹੀਂ ਸੀ ਵੀ ਕੋਈ ਸਕਾਟ ਕਰਕੇ ਲੈ ਕੇ ਜਾਣਾ ਪੈਂਦਾ ਸੀਗਾ ਆਂਦੇ ਸੀ ਆਪਣੇ ਸਾਜੀ ਸਟੇਜ ਸਜਾ ਲੈਂਦੇ ਸੀ ਕਿਤੇ ਸਿੰਗਰ ਆਉਂਦਾ ਸੀ ਮਾਈਕ ਤੇ ਸਿੰਗਲ ਮਾਈਕ ਤੇ ਖੜਕੇ ਗਾਣਤਾ ਸੀਗਾ ਪਰ ਅੱਜ ਦੇ ਸਿੰਗਰ ਜਿਹੜੇ ਉਹਨਾਂ ਨੇ ਨਾਲ ਆਪਣੇ ਪੰਜ ਪੰਜ ਚਾਰ ਚਾਰ ਬੌਂਸਰ ਰੱਖੇ ਨੇ ਵੀ ਕਿਹਾ ਇੱਕ ਗਾਇਕ ਨੂੰ ਜਿਨੇ ਲੋਕਾਂ ਨੂੰ ਕੋਈ ਕਲਾ ਪਰੋਸਣੀ ਹੈ ਉਹਨੂੰ ਇਹ ਬੌਂਸਰ ਰੱਖਣ ਦੀ ਲੋੜ ਪੈਂਦੀ ਹੈ ਕਦੇ ਪਈ ਬੌਂਸਰ ਰੱਖਣ ਦੀ ਜੇ ਤੁਸੀਂ ਵਧੀਆ ਗਾਇਕੀ ਗਾਉਂਦੇ ਹੋ ਜੀ ਹਾਂਜੀ ਲੋਕਾਂ ਦੀ ਸੈਟੀਸਫੈਕਸ਼ਨ ਹੋ ਰਹੀ ਹੈ ਜੀ ਹੂੰ ਤਾਂ ਤੁਹਾਨੂੰ ਕੋਈ ਕਿਸੇ ਦਾ ਅਸੀਂ ਤਾਂ ਹਜੇ ਤੱਕ ਨਹੀਂ ਜੀ ਕੋਈ ਬੌਂਸਰ ਰੱਖਿਆ ਜੀ ਹੂੰ ਅਸੀਂ ਤਾਂ ਜੀ ਸਟੇਜ ਤੋਂ ਬਾਅਦ ਵੀ ਲੋਕਾਂ ਕੋਲੇ ਖੜਕੇ ਜੀ حال چال ਪੁੱਛ ਗਏ ਜੀ ਉਹਨਾਂ ਦਾ ਫੋਟੋ ਖਿਚਾ ਕੇ ਜੀ ਅੱਜ ਵੀ ਅੱਜ ਵੀ ਅਸੀਂ ਤਾਂ ਕੁਝ ਨਹੀਂ ਕੁਝ ਨਹੀਂ ਨਾਲ ਲੱਗੇ ਜਾਂਦੇ ਜੀ ਹੂੰ ਤੁਸੀਂ ਚੰਗੀ ਗੱਲ ਕੀ ਹੁੰਦੇ ਹੋ ਚੰਗਾ ਸਾਰਾ ਕੁਝ ਲੋਕਾਂ ਨਾਲ ਬਿਹੇਵ ਕਰਦੇ ਹੋ ਤੁਹਾਨੂੰ ਕਿਸੇ ਦੀ ਲੋੜ ਨਹੀਂ ਹੈਗੀ ਹੂੰ ਇਹ ਤਾਂ ਸ਼ੋਸ਼ੇਵਾਜੀ ਹੈ ਜੀ ਉਹਨੇ ਇੰਨੀ ਮਹਿੰਗੀ ਗੱਡੀ ਪਾਈ ਹੈ ਜੀ ਉਹਨੇ ਨਾਲ ਬੌਂਸਰ ਰੱਖੇ ਹੋਏ ਨੇ ਜੀ ਉਹਦੀ ਐਡੀ ਮਹਿੰਗੀ ਗੱਡੀ ਹੈ ਜੀ ਅਸੀਂ ਤਾਂ ਸਕੂਲ ਦੀ ਵੈਨ ਵਾਲੀਆਂ ਇੰਨਾ ਇੰਨਾ ਜੀ ਪ੍ਰੋਗਰਾਮ ਕਰਿਆ ਹੁੰਦੇ ਸੀ ਜਾ ਕੇ ਜੀ ਬਿਲਕੁਲ ਬਿਲਕੁਲ ਇਹ ਸ਼ੋਅ ਆਫ ਹੈ ਜੀ ਅੱਜ ਦੇ ਸੀ ਇਹ ਤਾਂ ਸ਼ੋਅ ਆਫ ਹੈ ਜੀ ਹੂੰ ਜਦ ਇਹ ਤਾਂ ਇਹ ਪੈਸੇ ਲੋਕਾਂ ਤੋਂ ਕੱਢਦੇ ਸਿਰੋਂ ਕੱਢਦੇ ਨੇ ਜਿਉ 10 ਲੱਖ ਪ੍ਰੋਗਰਾਮ ਦਾ 30 ਲੱਖ ਪ੍ਰੋਗਰਾਮ ਦਾ ਲੋਕ ਇਹੋ ਜਿਹੇ ਬੈਠ ਕੇ ਨੇ ਆ ਉਹ ਸਾਡੇ ਭੋਲੇ ਲੋਕ ਆ ਜਿਹੜੇ ਐਨੇ ਨੇ ਪੈਸੇ ਦਿੰਦੇ ਨੇ ਹੂੰ ਤੇ ਜਿਵੇਂ ਤੁਸੀਂ ਮੇਲੇ ਤੇ ਬੜਾ ਖੁੱਲ ਕੇ ਗਾਇਆ ਜਿਹੜੇ ਮੇਲੇ ਤੋਂ ਮਤਲਬ ਸਭ ਤੋਂ ਵੱਧ ਤੁਹਾਨੂੰ ਤਾੜੀਆਂ ਮਿਲੀਆਂ ਜਾਂ ਤੁਹਾਡੀ ਸੈਟੀਸਫੈਕਸ਼ਨ ਹੋਈ ਵੀ ਇਸ ਮੇਲੇ ਤੇ ਬੜਾ ਆਨੰਦ ਆ ਗਿਆ ਰੂਹ ਨੂੰ ਸਕੂਨ ਮਿਲਿਆ ਕਿਉਂਕਿ ਪ੍ਰੋਗਰਾਮ ਰੂਹ ਦੀਆਂ ਗੱਲਾਂ ਰੂਹ ਦੀਆਂ ਗੱਲਾਂ ਠੀਕ ਹੈ ਜੀ ਤੇ ਉਹ ਚੰਦ ਲੈਨੋਸਕੀ ਦੀਆਂ ਜਿਸ ਗੀਤ ਨੂੰ ਗਾ ਕੇ ਸਰੋਤਿਆਂ ਨੇ ਖੂਬ ਤਾੜੀਆਂ ਮਾਰੀਆਂ ਜੀ ਉਹ ਕਹਿੰਦੇ ਜਿਵੇਂ ਮਾਂ ਨੂੰ ਤਾਂ ਸਾਰੇ ਪੁੱਤ ਪਿਆਰੇ ਹੁੰਦੇ ਆ ਜੀ ਸਾਨੂੰ ਤਾਂ ਸਾ ਮੈਂ तकरीबन ਪਹਿਲਾ ਗਉਂਦੀ ਮੇਲਿਆਂ 'ਚ ਸੀ ਪਹਿਲਾਂ ਮੈਂ ਵਿਆਹ ਦੇ ਪ੍ਰੋਗਰਾਮ ਹੀ ਨਹੀਂ ਬੁੱਕ ਕਰਦੀ ਸੀ ਹੂੰ ਤਾਂ ਮੈਂ ਦਦਾਰ ਸੰਧੂ ਆਪਣੇ ਕਿਹੜਾ ਪਿੰਡਾਂ ਦਾ ਇਹਦੇ ਕੋਲ ਇਹ ਲੁਧਿਆਣਾ ਦੇ ਪਰਲੇ ਪਾਸੇ ਹੈ ਨਾ ਮੈਂ ਉੱਥੇ ਉਹਨਾਂ ਦੇ ਵਰਸੀ ਮਨਾਉਂਦੇ ਹੁੰਦੇ ਸੀ ਮੈਂ ਉਹਨਾਂ ਦੀ ਸਾਰੇ ਫੈਮਿਲੀ ਨਾਲ ਨੂੰ ਮੈਂ ਜਾਣਦਾ ਹਾਂ ਜੀ ਮੈਂ ਉੱਥੇ ਮੈਂ ਮੈਥੋਂ ਪਹਿਲਾਂ ਜੀ ਪਰਮਿੰਦਰ ਸੰਧੂ ਜੀ ਨੇ ਗਾਇਆ ਅੱਛਾ ਜੀ ਸਾਰੇ ਕਲਾਕਾਰ ਉਥੇ ਹਾਜ਼ਰ ਹੁੰਦੇ ਸੀ ਠੀਕ ਹੈ ਜੀ ਮੈਥੋਂ ਬਾਅਦ ਸਰਦੂਰ ਭਾਜੀ ਨੇ ਗਾਉਣਾ ਸੀ ਦੋਨੋਂ ਹੀ ਤਨਾਰਟ ਸਿੰਗਰ ਸੀਗੇ ਤੇ ਇਹਨਾਂ ਦੇ ਵਿੱਚ ਦੋ ਗੀਤਾਂ ਦਾ ਮੈਨੂੰ ਟਾਈਮ ਮਿਲਿਆ ਮੈਂ ਉਹਦੇ ਚ ਇੱਕ ਗੀਤ ਗਾਇਆ ਸੀ ਮੈਂ ਨਾ ਇੱਕ ਮੌਕੇ ਦੇ ਮੁਤਾਬਕ ਬਹੁਤ ਗੋਨੇ ਆ ਜੀ ਠੀਕ ਹੈ ਗੱਲ ਕਿਉਂਕਿ ਉਹਨਾਂ ਦੇ ਬੱਚੇ ਛੋਟੇ ਛੋਟੇ ਸੀ ਉਹ ਤਾਂ ਬੱਚੇ ਵਿਆਹ ਗਏ ਜੀ ਕੁੜੀਆਂ ਉਹਨਾਂ ਦੀ ਕੈਨੇਡਾ ਵਲਟੀ ਹੈ ਜੀ ਬੇਟਾ ਉਹਨਾਂ ਦਾ ਇੱਥੇ ਸਿੰਗਰ ਬਣ ਗਿਆ ਮੈਂ ਉਹਦੇ ਵਿੱਚ ਉਹ ਜੀਤ ਗੋਲੇ ਵਾਲੇ ਦਾ ਲਿਖਿਆ ਹੋਇਆ ਸੀ ਮਾਪਿਆਂ ਦੇ ਮਰਨ ਨਾ ਮਾਪੇ ਬੱਚਿਆਂ ਦੇ ਬਮਰਨ ਨਾ ਮਾਪੇ ਰੁੱਲਦੇ ਨੇ ਗਲੀ ਗਲੀ ਹੂੰ ਤੇ ਲੋਕਾਂ ਨੇ ਖੜੇ ਹੋ ਕੇ ਤੜੀ ਵਜਾ ਜਦ ਕਿ ਮੈਂ ਉਦੋਂ ਨਵੀਂ ਸਿੰਗਰ ਸੀ ਉਹਨਾਂ ਦੋਨਾਂ ਦੇ ਵਿੱਚ ਮੈਂ ਬਹੁਤ ਨਵੀਂ ਸਿੰਗਰ ਸੀ ਠੀਕ ਹੈ ਤੇ ਬਹੁਤ ਸਾਰੇ ਲੋਕਾਂ ਨੇ ਮੇਨੂੰ ਨਾਮ ਦੇ ਦਿੱਤਾ ਹੂੰ ਕਿਉਂਕਿ ਅਸੀਂ ਉਹਨਾਂ ਦੇ ਉਹਨਾਂ ਮੇਲੇਾਂ ਤੇ ਅਸੀਂ ਕੋਈ ਪੈਸਾ ਨਹੀਂ ਸੀ ਮੰਗਦੇ ਐਦਾਂ ਹੀ ਜਾਂਦੇ ਹੁੰਦੇ ਸੀ ਬਿਲਕੁਲ ਤੇ ਮੈਨੂੰ ਸਾਜ਼ੀਆਂ ਨੂੰ ਦੇਣ ਜੋਗੇ ਪੈਸੇ ਇਕੱਠੇ ਹੋ ਗਏ ਸੀ ਹੂੰ ਲੋਕਾਂ ਨੇ ਦਿੱਤੇ ਬਈ ਇਨਾਮ ਦੇ ਤੌਰ ਤੇ ਤੇ ਇਹ ਉਸ ਵਾਰ ਮੋਹਨ ਸਿੰਘ ਮੇਲੇ ਤੇ ਮੈਨੂੰ ਬੜਾ ਲੋਕਾਂ ਨੇ ਪਿਆਰ ਦਿੱਤਾ ਹੂੰ ਮੋਹਨ ਸਿੰਘ ਮੇਲੇ 'ਚ ਮੈਂ ਉਹ ਇਹੀ ਗੀਤ ਚਿੱਟਾਂ ਨਾਲ ਦਾ ਹੱਸਾ ਤੇ ਫਿਰ ਮੈਂ ਕਾਫੀ ਚਿਰ ਬਾਅਦ ਮੋਹਨ ਸਿੰਘ ਮੇਲੇ ਤੇ ਗਈ ਤਾਂ ਲੋਕੀ ਕਹਿੰਦੇ ਭੁਪਿੰਦਰ ਜੀ ਤੁਸੀਂ ਕਿੱਥੇ ਮੋਹਨ ਸਿੰਘ ਮੇਲੇ ਤੇ ਆਏ ਨਹੀਂ ਆ ਵੀ ਗੀਤ ਸੁਣਾ ਦਿਓ ਜੀ ਲੋਕਾਂ ਨੂੰ ਜਵਾਨੀ ਯਾਦ ਹੁੰਦੇ ਨੇ ਵੀ ਆ ਗੀਤ ਵੀ ਸੁਣਾ ਦਿਓ ਜੀ ਆ ਵੀ ਸੁਣਾ ਦਿਓ ਜੀ ਸ਼ਕਨਾ ਦਾ ਕੋਕਾ ਵੀ ਸੁਣਾ ਦਿਓ ਜੀ ਆ ਵੀ ਸੁਣਾ ਦਿਓ ਜੀ ਲੋਕਾਂ ਨੂੰ ਯਾਦ ਹੁੰਦੇ ਨੇ ਜੀ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਸੋ ਦੋਸਤੋ ਜਿਵੇਂ ਮੈਡਮ ਭੁਪਿੰਦਰ ਕੌਰ ਮੋਹਾਲੀ ਜੀ ਨਾਲ ਬੜੀਆਂ ਖੁੱਲ ਕੇ ਗੱਲਾਂ ਕਰੀਆਂ ਨੇ ਆਪਾਂ ਇੱਕ ਕੁਐਸਚਨ ਲੈ ਕੇ ਮੈਡਮ ਕੋਲੋਂ ਆਪਾਂ ਜਿਵੇਂ ਉਹਨਾਂ ਨੇ ਵਾਅਦਾ ਕੀਤਾ ਸੀਗਾ ਮਿਰਜ਼ਾ ਵੀ ਸੁਣਨਾ ਸੋ ਭੁਪਿੰਦਰ ਜੀ ਤੁਹਾਨੂੰ ਇੱਕ ਮੇਰਾ ਆਖਰੀ ਕੁਐਸਚਨ ਹੈ ਵੀ ਵਿਰਾਸਤੀ ਗਾਇਕੀ ਤੁਸੀਂ ਗਾਈ ਹੈ ਬਹੁਤ ਖੁੱਲ ਕੇ ਗਾਈ ਹੈ ਉਹਦੇ ਨਾਲ ਦੀ ਨਾਲ ਇੱਕ ਬੜਾ ਸੈਂਸਿਟਿਵ ਜਿਹਾ ਵਿਸ਼ਾ ਹੈ ਜਿਵੇਂ ਅੱਜ ਕੱਲ ਚਲੋ ਸਮਾ ਬਦਲਿਆ ਹੈ ਬੜਾ ਬਦਲਾਅ ਆਇਆ ਹੈ ਪਰ ਕਿਸੇ ਵੇਲੇ ਔਰਤਾਂ ਨੂੰ ਪਿੱਛੇ ਛੱਡਿਆ ਜਾਂਦਾ ਸੀ ਵੀ ਕਿਹਾ ਤੁਸੀਂ ਉਸ ਵੇਲੇ ਔਰਤਾਂ ਦੇ ਨੂੰ ਪ੍ਰਮੋਟ ਕਰਨ ਵਾਸਤੇ ਉਹਨਾਂ ਦੇ ਹੱਕ ਦੀ ਗੱਲ ਬਾਰੇ ਕੋਈ ਐਸਾ ਗੀਤ ਗਾਇਆ ਹੈ ਜਿਹੜਾ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਦਿਓ ਪਲੀਜ਼ ਮੇਰੀ ਦੂਸਰੀ ਕੈਸਟ ਸੀ ਜੀ ਹ ਉਹਦੇ ਵਿੱਚ ਮੈਂ ਗੀਤ ਗਾਇਆ ਸੀ ਜੀ ਸਾਹਿਬਾਂ ਦੇ ਫੇਵਰ ਦੀ ਗੱਲ ਕੀਤੀ ਸੀ ਲੋਕਾਂ ਨੇ ਸਾਰਿਆਂ ਨੇ ਸਹਿਬਾਂ ਨੂੰ ਮਾਰ ਹੀ ਗਿਆ ਸੀ ਹੂੰ ਵੀ ਸਹਿਬਾਂ ਨੇ ਮਿਰਜੇ ਨੂੰ ਮਰਵਾਤਾ ਢਿਮਕਾ ਹੋ ਗਿਆ ਫਲਾਣਾ ਹੋ ਗਿਆ ਸਹਿਬਾਂ ਦੇ ਵੀ ਕੋਈ ਦਿਲ ਦੇ ਚਾਹ ਸੀ ਜੀ ਵੀ ਮੈਨੂੰ ਕੋਈ ਵਿਆਹ ਕੇ ਲੈ ਕੇ ਜਾਵੇ ਮੇਰੇ ਸਿਰ ਤੋਂ ਕੋਈ ਪਾਣੀ ਵਾਰੇ ਮੇਰਾ ਕੋਈ ਆ ਮਤਲਬ ਉਹ ਵੀ ਸੀ ਜੀ ਜਿਵੇਂ ਮਤਲਬ ਉਹ ਦੇ ਵਿੱਚ ਲੂਣਾ ਦੀ ਫੇਵਰ ਦੀ ਗੱਲ ਕੀਤੀ ਸੀ ਸ਼ਿਵਕੌਰ ਬਟਾਲਵੀ ਜੀ ਵੀ ਲੂਣਾ ਦੇ ਵਿੱਚ ਆ ਸੀ ਲੂਣਾ ਵੀ ਜਵਾਨ ਸੀ ਠੀਕ ਹੈ ਮਤਲਬ ਕਿ ਸਾਬਾ ਦੇ ਵੀ ਕੋਈ ਚਾਹ ਸੀ ਜੀ ਵੀ ਉਹ ਮੈਨੂੰ ਕੋਈ ਮੇਰੇ ਵੀ ਕੋਈ ਸਾਰੇ ਜਿਹੜੇ ਇਹ ਮੇਰੇ ਅਤਕਾਰ ਵਿਹਾਰ ਕਰੇ ਹੂੰ ਉਹ ਸਾਬਾ ਦੀ ਗੱਲ ਤਾਂ ਕਿਸੇ ਨੇ ਸੁਣੀ ਜੀ ਉਹਨਾਂ ਨੇ ਮਿਰਜੇ ਨੂੰ ਕਹਿਤਾ ਜੇ ਮਿਰਜਾ ਐਡਾ ਤਕੜਾ ਸੀ ਤਾਂ ਫਿਰ ਉਹ ਉਹ ਆਪਣੇ ਘਰੇ ਕਿਉਂ ਨਹੀਂ ਲੈ ਕੇ ਗਿਆ ਜੀ ਉਹ ਹੂੰ ਉਹ ਰਸਤੇ 'ਚ ਆਪਾਂ ਕਿਸੇ ਦੀ ਕੌਲੀ ਚੱਕ ਲਈ ਇਹਨੇ ਜੀ ਕੌਲੀ ਆਪਣੀ ਮਾਂ ਕੰਬਦੀ ਹੈ ਤੂੰ ਕਿਸੇ ਦੀ ਧੀ ਕੱਢ ਕੇ ਲੈ ਕੇ ਜਾ ਰਿਹਾ ਤੂੰ ਉਹਨੂੰ ਘਰੇ ਕਿਉਂ ਨਹੀਂ ਲੈ ਕੇ ਜਾ ਰਿਹਾ ਚੌੜਾ ਕੇ ਦੋ ਉੱਥੇ ਰਸਤੇ 'ਚ ਬੈਠ ਗਿਆ ਮੈਂ ਉੱਥੇ ਸਾਬਾ ਦੇ ਫੇਵਰ ਦੀ ਗੱਲ ਕੀਤੀ ਸੀ ਜੀ ਆਪਣੇ ਗੁਰਚਰਨ ਵਿਰਕ ਜੀ ਬਹੁਤ ਅੱਛੇ ਰਾਈਟਰ ਨੇ ਉਹਨਾਂ ਦੀ ਡੈਥ ਹੋ ਗਈ ਤੁਸੀਂ ਵੀ ਉਹਨਾਂ ਦਾ ਨਾਮ ਸੁਣਿਆ ਉਹਨਾਂ ਨੇ ਬਹੁਤ ਵਧੀਆ ਲਿਖਿਆ ਉਹਨਾਂ ਨੇ ਲਿਖ ਕੇ ਦਿੱਤਾ ਸੀ ਜੀ ਮੈਨੂੰ ਗੀਤ ਔਰ ਉਹ ਸਾਈਬਾ ਅੱਜ ਵੀ ਕੈਨੇਡਾ ਅਮਰੀਕਾ ਦੇ ਵਿੱਚ ਲੋਕ ਸੁਣਦੇ ਆ ਉਹਦੇ ਵਿੱਚ ਸੀਗਾ ਸਾਈਬਾਂ ਦੇ ਹੋ ਚੋਰ ਨਾਲ ਪੰਡਨੇ ਵਖਾਈ ਜਦਾ ਕਾਲ ਅੱਧੀ ਰਾਤੀ ਤੁਰ ਵੀ ਬਗਾਨੇ ਪੁੱਤਨਾ ਮਾਪਾਪ ਦੀ ਜ਼ਤ ਮਿੱਟੀ ਰੋਲ ਕੇ ਰਵਾਰ ਵਾਰ ਛੱਡ ਕੀ ਦੇ ਪਿੱਛੇ ਆਈ ਮੈਂ ਕਹਿ ਕੇ ਬੇਵਫਾ ਸਹਬਾ ਨੂੰ ਬੁਲਾਉਣ ਵਾਲਿਓ ਕਹਿ ਕੇ ਬੇਵਫਾ ਸਹਬਾ ਨੂੰ ਬੁਲਾਉਣ ਵਾਲਿਓ ਦੱਪਾ ਲਾ ਦੱਸੋ ਕਿਹੜੀ ਕੀਤੀ ਬੇਵਫਾਈ ਮੈਂ ਕਿਆ ਬਾਤ ਕਹਿ ਕੇ ਬੇਵਫਾ ਸਹਬਾ ਨੂੰ ਬੁਲਾਉਣ ਵਾਲਿਓ ਪਹਿਲਾ ਦੱਸੋ ਕਿਹੜੀ ਕੀਤੀ بے وفائی میں کیا بات ہے جی ਤੁਹਾਡੀ आवाज ਦੇ ਅੱਜ ਵੀ ਪ੍ਰਸ਼ੰਸਕ ਉਹ ਨਹੀਂ ਲੁੱਟ ਲੈਣਗੇ ਜਿਵੇਂ ਪਹਿਲਾਂ ਤੁਸੀਂ ਜਿਸ ਵੇਲੇ ਗਾਉਂਦੇ ਹੁੰਦੇ ਸੀਗੇ ਉਸ ਵੇਲੇ ਲੈਂਦੇ ਸੀਗੇ ਸੋ ਸਾਡੇਆਂ ਤੁਹਾਡੇ ਲਈ ਦੁਆਵਾਂ ਨੇ ਜਿਵੇਂ ਤੁਸੀਂ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹੋ ਪਰਸ਼ਾਵੇਂ ਜਾਂ ਪਰਸ਼ਾਮ ਤੇ ਅਸੀਂ ਉਹਦੇ ਲਈ ਦੁਆਵਾਂ ਕਰਦੇ ਹਾਂ ਕਿ ਤੁਹਾਡਾ ਉਹ ਵੀ ਸਕਸੈਸਫੁਲ ਹੋਵੇ ਕਿਉਂਕਿ ਆਵਾਜ਼ ਤੁਹਾਡੀ ਉਵੇਂ ਹੀ ਹੈ ਨਿੱਖਰ ਕੇ ਹੋਰ ਵੀ ਆਏਗੀ ਜਿਵੇਂ ਤੁਸੀਂ ਰਿਆਜ਼ ਕਰ ਰਹੇ ਹੋ ਮਿਹਨਤ ਕਰ ਰਹੇ ਹੋ ਸੋ ਦੋਸਤੋ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਮੈਡਮ ਕੋਲੋਂ ਮਿਰਜਾ ਸੁਣਾਗੇ ਸੋ ਮੈਡਮ ਤੁਹਾਨੂੰ ਮਿਰਜਾ ਸੁਣਾਉਣਗੇ ਤੇ ਉਹਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਵਿਦਾ ਲੈਣਾ ਤੁਹਾਡਾ ਦੋਸਤ ਬਲਜੀਤ ਫਿੜਿਆਂ ਵਾਲਾ ਅਗਲੇ ਹਫਤੇ ਇਸੇ ਪ੍ਰੋਗਰਾਮ ਰੂਹ ਦੀਆਂ ਗੱਲਾਂ ਵਿੱਚ ਲੈ ਕੇ ਹਾਜ਼ਰ ਹੋਵਾਂਗਾ ਕਿਸੇ ਹੋਰ ਮਾਨਮਤੀ ਸ਼ਖਸੀਤ ਨੂੰ ਪ੍ਰੋਗਰਾਮ ਰੂਹ ਦੀਆਂ ਗੱਲਾਂ ਵਿੱਚ ਸ਼ਾਨ ਪੰਜਾਬੀ ਮਾਨ ਪੰਜਾਬ ਜੱਟ ਚੜਦੇ ਮਿਰਜੇ ਖਾਨੂ ਜੱਟ ਚੜਦੇ ਮਿਰਜੇ ਖਾਨੂ ਵੱਡੀ ਭਾਬੀ ਲੈਂਦੀ தம் ਵੇ ਮੈਂ ਕਦੇ ਨਾ ਦਿਓਰ ਵਗਾਰਿਆ ਝੱਟਾ ਕਦੇ ਨਾ ਆਇਓ ਕੰਮ ਜੇ ਤੂੰ ਚੱਲਿਆ ਭੁੱਖਾ ਹਰਿਜਕਦਾ ਮੇਰੀਆਂ ਕੋਠੀਆਂ ਲੈ ਜਾ ਪੰਨ ਜੇ ਤੂੰ ਚੱਲਿਆ ਭੁੱਖਾ ਦੁੱਧਦਾ ਤੈਨੂੰ ਬੂਰੀਆਂ ਦੇਵਾਂ ਬਨ ਚੱਲਿਆ ਵਿਆਹ ਕਰਵਾਉ ਨੂੰ ਕਰਵਾਉ ਨੂੰ ਮੇਰੇ ਪੇਕੇ ਲੈ ਚੱਲ ਜਨ ਆ ਆ ਆ ਸਰ ਜਿਹੜਾ ਸਿੰਗਰ ਹੈ ਉਹ ਕਿਸੇ ਵਿਵਾਦ ਚ ਨਹੀਂ ਪੈ ਸਕਦਾ ਉਹ ਇੱਕ ਦੂਜੇ ਨੂੰ ਗਾਲਾਂ ਕੱਢੀ ਜਾਂਦੇ ਹਨ ਮੇਰੇ ਖਿਆਲ ਨਾਲ ਭਾਜੀ ਹੋਛੀਆਂ ਗੱਲਾਂ ਤੇ ਨਹੀਂ ਕਰਨੀਆਂ ਚਾਹੀਦੀ ਉਹ ਸਿੱਖ ਕੇ ਮਾਰਕੀਟ ਚ ਆਉਂਦੇ ਸੀ ਪਹਿਲਾਂ ਸਿੱਖਦੇ ਸੀ ਹੁਣ ਜਦੋਂ ਹਿੱਟ ਹੋ ਜਾਂਦੇ ਉਹ ਸਿੱਖਣ ਲੱਗਦੇ ਆ ਹੂੰ ਬਿਲਕੁਲ ਬਹੁਤ سارے ਬੰਦੇ ਹੁੰਦੇ ਸਾਸੀ ਟਰੈਕ ਕਰਨੇ ਟਰੈਕ ਦੀ ਰਿਆਜ਼ ਕਰਦੇ ਮੈਂ ਮੈਂ ਨਹੀਂ ਸਰ ਮੁੱਛ ਖੜੀ ਵੀ ਰੱਖਦੇ ਆ ਤੇ ਨਾਲੇ ਟੜੀ ਵੀ ਰੱਖਦੇ ਆ